ਮੇਰੇ ਪਿਆਰੇ ਦੇਸ਼ ਵਾਸੀਓ ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਅਕਸਰ ਮਨ ਕੀ ਬਾਤ ਚ ਤੁੰਦੇ ਸਵਾਲੇ ਦੀ ਬਹੁਤ ਛਾੜ ਰੋਂਦੀ ਹੈ ਇਸ ਬਾਰੀ ਮੈਂ ਸੋਚਿਆ ਜੇ ਕਿ ਸ਼ ਬਖਰਾ ਕੀਤਾ ਜਾ ਮੈਂ ਤੁਸੇਂ ਕੀ ਸਵਾਲ ਕਰਾਂ ਤੇ ਧਿਆਨ ਕਰਨਾ ਸੁਨੋ ਮੇਰੇ ਸਵਾਲ 올림픽 ਚ ਵਿਅਕਤੀਗਤ ਸੁੰਨੇ ਦਾ ਤਗਮਾ ਜਿੱਤਨੇ ਵਾਲਾ ਪਹਿਲਾ ਭਾਰਤੀ ਕੌਣ ਹਾ 올림픽 ਦੇ ਕਿਹੜੇ ਖੇਡ ਚ ਭਾਰਤ ਨੇ ਅਜੇ ਤੱਕ ਸਭਨੇ ਸ਼ਬ ਮਤੇ ਤਗਮੇ ਜਿੱਤੇ ਓਲੰਪਿਕ ਚ ਕਿਹੜੇ ਖਿਡਾਰੀ ਨੇ ਸਭਨੇਸ਼ਾ ਮਤੇ ਤੱਕ ਮੇ ਜਿੱਤੇ ਸਾਥੀਓ ਤੁਸ ਮਿਗੀ ਜਵਾਬ पे ਜੋ ਪਰ ਮਾਈ ਗੋਫ ਚ ਓਲੰਪਿਕਸ ਪਰ ਜਿਹੜੇ ਕੁਇਜ਼ ਉੰਦੇ ਚ ਸਵਾਲ ਨੇ ਦੇ ਪਰ ਤੇ ਦੇ ਗਏ ਤਾਂ ਕਈ ਸਾਰੇ ਇਨਾਮ ਜਿੱਤ ਗਏ ਐਸੇ ਬੜੇ ਸਾਰੇ ਸਵਾਲ ਮਾਈ ਗੋਫ ਦੇ ਰੋਡ ਟੂ ਟੋਕੀਓ ਕੁਇਜ਼ ਚ ਤੁਸ ਰੋਡ ਟੂ ਟੋਕੀਓ ਕੁਇਜ਼ ਚ ਸਾਲਾਓ ਭਾਰਤ ਨੇ ਪਹਿਲੇ ਕੀਆ ਪ੍ਰਦਰਸ਼ਨ ਕੀਤਾ ਹੈ ਸਾੜੀ ਟੋਕੀਓ 올림픽ਾਸ ਦਾ ਉਹਨਕੇ ਤਿਆਰੀ ਹੈ ਇਹ ਸਭ ਆਪੂ ਜਾਣੋ ਤੇ ਦੂਹੇ ਕੀ ਵੀ ਦੱਸੋ ਮੈਂ ਤੁਸੇ ਸਭਨੇ ਕੀ ਗੁਜ਼ਾਰਿਸ਼ ਕਰਨਾ ਚਾਹਨਾ ਜੇ ਤੁਸ ਇਸ ਕੁਇਜ਼ ਮੁਕਾਬਲੇ ਚ ਪੱਕਾ ਇਸਾ ਲਾਓ ਸਾਥੀਓ ਜਿਸਲੇ ਗੱਲ ਟੋਕੀਓ 올림픽ਸ ਦੀ ਉਹ ਆ ਕਰਦੀ ਹੈ ਤਾਂ ਪਹਿਲਾ ਮਿਲਖਾ ਸਿੰਘ ਜੀ ਜਨੇ ਮਹਾਨ ਐਥਲੀਟ ਕੀ ਕੌਣ ਪੁੱਛ ਸਕਦਾ ਹੈ ਕੁਝ ਦਿਨ ਪਹਿਲੇ ਗਿਆ ਕੋਰੋਨਾ ਨੇ ਉਹਨੇ ਕੀ ਸਾਰੇ ਸ਼ਖੁਸੀ ਲੇਤਾ ਜਿਲ੍ਹਾ ਉਹ ਹਸਪਤਾਲ ਚ ਹੈ ਤਾਂ ਮਿਗੀ ਉਹਦੇ ਨਾਲ ਗੱਲ ਕਰਨੇ ਦਾ ਮੌਕਾ ਮਿਲਿਆ ਹਾਂ ਗੱਲ ਕਰਦੇ ਹੋਈ ਮੈਂ ਉਹਨੇ ਕੀ ਗੁਜ਼ਾਰਿਸ਼ ਕੀਤੀ ਹੀ ਮੈਂ ਆਖਿਆ ਹਾਂ ਜੇ ਤੂਸੇ ਨੇ 1964 ਚ ਟੋਕੀਓ 올림픽ਸ ਚ ਭਾਰਤ ਦੀ ਨੁਮਾਇੰਦਗੀ ਕੀਤੀ ਇਸ ਕਰੀਆ ਇਸ ਵਾਰੀ ਜਿਸਲੇ ਸਾਡੇ ਖਿਡਾਰੀ 올림픽ਸ ਲਈ ਟੋਕੀਓ ਜਾ ਕੇ ਦਿਨ ਤਾਂ ਤੁਸੀਂ ਸਾਡੇ ਐਥਲੀਟਾਂ ਦਾ ਮਨੋਬਲ ਬਦਾਨਾ ਉਹਨਾਂ ਕੀ ਆਪਣੇ ਸੰਦੇਸ਼ ਕੰਨਾ ਪ੍ਰੇਰਿਤ ਕਰਨਾ ਉਹ ਖੇਡ ਕੀ ਲਈ ਹੈ ਇਨੈ ਸਮਰਪਿਤ ਤੇ ਭਾਵੁਕ ਹੈ ਜੇ ਬਿਮਾਰੀ ਚ ਵੀ ਲਈ ਤੋੜਤਗਾ ਉਹਨੇ ਇਹ ਲਈ ਆਮੀ ਪਰ ਦਿੱਤੀ ਮੰਦੇ ਭਾਗ ਕੰਨਾ ਕਿਸਮਤ ਕੀ ਕੇ ਸ਼ੋਰ ਮਨਜ਼ੂਰ ਹਾ ਮਿਗੀ ਅੱਜ ਵੀ ਚੇਤਾ ਜੇ 2014 ਚ ਉਹ ਸੂਰਤ ਚ ਆਏ ਅਸੀਂ ਲੋਕਾਂ ਨੇ ਇੱਕ ਨਾਈਟ ਮੈਰਾਥਨ ਦਾ ਉਦਘਾਟਨ ਕੀਤਾ ਹ ਉਸ ਲੈ ਉਹਦੇ ਕੰਨ ਜਿਹੜੀ ਗੱਪਸ਼ਪ ਹੋਈ ਖੇਡਾਂ ਦੇ ਬਾਰੇ ਚ ਜਿਹੜੀ ਗੱਲ ਹੋਈ ਉਹਦੇ ਕੰਨ ਮਿਗੀ ਵੀ ਬੜੀ ਪ੍ਰੇਰਣਾ ਮਿਲੀ ਸੀ ਆ ਸੱਭੇ ਜਾਣਨਿਆ ਜੇ ਮਿਲਖਾ ਸਿੰਘ ਜੀ ਉਹਦਾ ਪੂਰਾ ਪਰਿਵਾਰ ਖੇਡਾਂ ਗੀ ਸਮਰਪਿਤ ਰਿਆ ਭਾਰਤ ਦਾ ਗੌਰਵ ਬਧਾਂਦ ਰਿਆ ਸਾਥੀਓ ਜਿਸ ਲੈ ਹੁਨਰ ਨਿਸ਼ਠਾ ਪੱਕਾ ਨਿਸ਼ਚੇ ਤੇ ਖਡਾਰੀ ਹੁਨੇ ਦੀ ਭਾਵਨਾ ਇਕੱਠਾ ਮਿਲਦੇ ਤਾਂ ਜਾਈਆ ਕੋਈ ਚੈਂਪੀਅਨ ਬੰਦਾ ਸਾਡੇ ਮੁਲਖਾ ਚ ਤੇ ਮਤੇ ਸਾਰੇ ਖਡਾਰੀ ਲੋਕੇ ਲੋਕੇ ਸ਼ਹਿਰੀ ਕਸਬੇ ਗਰਾਏ ਥਾ ਮਾ ਨਿਕਲੀਆ ਆਉਂਦੇ ਟੋਕੀਓ ਜਾਕਰ ਦੇ ਸਾਡੇ 올림픽 ਦਲ ਚ ਵੀ ਐਸੀ ਕਈ ਖਡਾਰੀ ਸ਼ਾਮਿਲ ਨੇ ਜਿੰਦਾ ਜੀਵਨ ਬੜਾ ਪ੍ਰੇਰਿਤ ਕਰਦਾ ਹੈ ਸਾਡੇ ਪ੍ਰਵੀਨ যাদਬ ਜੀਉਂ ਦੇ ਬਾਰੇ ਚ ਤੋਂ ਸੁਣ ਗਿਓ ਤਾਂ ਤੁਸੇਂ ਕੀ ਲੱਗੋ ਜੇ ਕਿੰਨੇ ਕਰਟਨ ਸੰਘਰਸ਼ੇ ਥਾਂ ਗੁਜਰਦੀ ਹੋਈ ਪ੍ਰਵੀਨ ਜੀ ਇਥੇ ਪੁੱਜੇਨ ਪ੍ਰਵੀਨ যাদਬ ਜੀ ਮਹਾਰਾਸ਼ਟਰ ਦੇ 사ਤਾਰਾ ਜ਼ਿਲ੍ਹੇ ਦੇ ਇੱਕ ਗ੍ਰਾਂਦੇ ਰੋਣੇ ਵਾਲੇ ਉਹ ਤੀਰ ਅੰਦਾਜ਼ੀ ਦੇ ਬਿਹਤਰੀਨ ਖੜਾਰੀ ਉੰਦੇ ਮਾਤਾ ਪਿਤਾ ਮਜ਼ਦੂਰੀ ਕਰੀਆ ਪਰਿਵਾਰ ਚਲਾਉਂਦੇ ਤੇ ਉਹਨੂੰ ਦਾ ਪੁੱਤਰ ਆਪਣਾ ਪਹਿਲਾ 올림픽ਸ ਖੇਡਣ ਟੋਕਿਓ ਜਾ ਕਰਦਾ ਇਹ ਛੜਾ ਉਹਦੇ ਮਾਤਾ ਪਿਤਾ ਕਾ ਨਹੀਂ ਸਾੜੇ ਸਭ ਨੇ ਆਸਤਾ ਕਿੰਨੇ ਮਾਨਣ ਵਾਲੀ ਗੱਲ ਹੈ ਐਸੀ ਹੈ ਇੱਕ ਹੋਰ ਖਿਡਾਰੀ ਸਾੜੀ ਨੀਹਾ ਗੋਇਲ ਜੀ ਨੀਹਾ ਟੋਕੀਓ ਜਾ ਕੇ ਦੀ ਮਹਿਲਾ ਆਕੀ ਟੀਮ ਦੀਆਂ ਸਦਸਿਅਨ ਉਹਦੀ ਮਾਤਾ ਤੇ ਭੈਣਾ ਸਾਈਕਲ ਦੀ ਫੈਕਟਰੀ ਚ ਕੰਮ ਕਰੀ ਹੈ ਪਰਿਵਾਰ ਦਾ ਖਰਚ ਜੁਟਾਉਂਦੀਆਂ ਨੇਹਾ ਹੁੰਦੇ ਆਲਾ ਲਿਖਾ ਗਿਆ ਦੀਪਿਕਾ ਕੁਮਾਰੀ ਜੀ ਹੁੰਦੇ ਜੀਵਨ ਦਾ ਸਫਰ ਵੀ ਉਤਾਰ ਚੜਾਅ ਕਰਨਾ ਪਰੋਚਦਾ ਰਿਹਾ ਦੀਪਿਕਾ ਹੁੰਦੇ ਪਿਤਾ ਔਟੋ ਰਿਕਸ਼ਾ ਚਲਾਉਂਦੇ ਨੇ ਤੇ ਉਹਦੀ ਮਾਤਾ ਔਰ ਨਰਸਨ ਤੇ ਉਹਨਾਂ ਦੀ ਖੋ ਦੀਪਿਕਾ ਟੋਕੀਓ 올림픽ਸ ਭਾਰਤ ਦੀ ਬਖੀ ਦਾ ਇੱਕੋ ਮਾਤਰ ਮਹਿਲਾ ਤੀਰਅੰਦਾਜ਼ਨ ਕਦੇ ਦੁਨੀਆ ਦੀ ਨੰਬਰ 1 ਤੀਰਅੰਦਾਜ਼ ਰਹੀ ਦੀਪਿਕਾ ਹੁੰਦੇ ਕਰਨਾ ਸਾੜੀ ਸਭ ਨੇ ਦੀਆਂ ਸ਼ੁਭ ਕਾਮਨਾਵਾਂ ਸਾਥੀਓ ਜੀਵਨ ਚ ਅਸ ਜਿੱਥਾ ਵੀ ਪੁੱਜਨੇ ਆ ਜਿੰਨੀ ਵੀ ਉਚਾਈ ਹਾਸਲ ਕਰਨ ਆ ਜ਼ਮੀਨ ਕਨ ਇਹ ਜੁੜਾਬ ਹਮੇਸ਼ਾ ਅਸੇਗੀ ਆਪਣੀ ਜੜ੍ਹਾਂ ਕਨ ਬੰਨੀ ਰੱਖਦਾ ਸੰਘਰਸ਼ ਦੇ ਦਿਨਾਂ ਪ੍ਰੰਤ ਮਿਲੀ ਦੀ ਕਾਮਯਾਬੀ ਦਾ ਆਨੰਦ ਵੀ ਕਿਸ਼ੋਰ ਗਿਆ ਹੁੰਦਾ ਟੋਕੀਓ ਜਾ ਕਰਦੇ ਸਾੜੇ ਖਿਡਾਰੀਏ ਬਚਪਨ ਚ ਸਾਦਨੇ ਦੀ ਹਰ ਇੱਕ ਕਮੀ ਦਾ ਸਾਹਮਣਾ ਕੀਤਾ ਪਰ ਉਹ ਡਟੇਦੇ ਰਹੇ ਜੁਟੇਦੇ ਰਹੇ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਦੀ ਪ੍ਰਿਯੰਕਾ ਗੋਸਵਾਮੀ ਜੀ ਦਾ ਜੀਵਨ ਵੀ ਬੜੀ ਸਿੱਖ ਦਿੰਦਾ ਹੈ ਪ੍ਰਿਯੰਕਾ ਦੇ ਪਿਤਾ バス ਕੰਡਕਟਰ ਬਚਪਨ ਚ ਪ੍ਰਿਯੰਕਾ ਨੂੰ ਰੰਗੀ ਉਹ ਬੈਗ ਬੜਾ ਪਸੰਦ ਹਾ ਜਿਹੜਾ ਤਗਮਾ ਹਸਲ ਕਰਨੇ ਵਾਲੇ ਖਿਡਾਰੀਆਂ ਕੀ ਥੋਂਦਾ ਹੈ ਇਸੇ ਆਕਰਸ਼ਨ ਚ ਉਹਨੇ ਪਹਿਲੀ ਬਾਰੀ ਰੇਸ ਵਾਕਿੰਗ ਪ੍ਰਤੀਯੋਗਿਤਾ ਚ ਸਲੈਤਾ ਹੁਣ ਅਜ ਉਹ ਇਹਦੀ ਵੱਡੀ ਚੈਂਪੀਅਨ ਬਣੀ ਗਈ ਦੀਆਂ ਪਾਲਾ ਸੁੱਟਣੇ ਦੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਸ਼ਿਵਪਾਲ ਸਿੰਘ ਜੀ ਬਨਾਰਸ ਦੇ ਰੋਣੇ ਵਾਲੇ ਸ਼ਿਵਪਾਲ ਜੀ ਹੁੰਦਾ ਤੇ ਪੂਰਾ ਪਰਿਵਾਰ ਗੈਸ ਖੇਡ ਕਰਨਾਂ ਜੁੜੇਦਾ ਇਹਦੇ ਪਿਤਾ ਚਾਚਾ ਤੇ ਭਰਾ ਸਭੇ ਪਾਲਾ ਸੁੱਟਣੇ 'ਚ ਮਾਹਿਰਨ ਪਰਿਵਾਰ ਦੀ ਇਹ ਪਰੰਪਰਾ ਹੁੰਦੀ ਆਸਤਾ ਟੋਕੀਓ 올림픽ਸ 'ਚ ਕਮ ਆਉਣੇ ਆਲੀ ਹੈ ਟੋਕੀਓ 올림픽ਸ ਲਈ ਜਾ ਕੇ ਦੇ ਚਿਰਾਗ ਛੇਟੀ ਤੇ ਉਹਦੇ ਭਾਲ ਸਾਤਵਿਕ ਸਾਈ ਰਾਜ ਹੁੰਦਾ ਹੌਸਲਾ ਵੀ ਪ੍ਰੇਰਿਤ ਕਰਨੇ ਆਲਾ ਹੈ ਆਹਲ ਚ ਗਿਆ ਚਿਰਾਗ ਹੁੰਦੇ ਨਾਨਾ ਜੀ ਹੁੰਦਾ ਕਰੋਨਾ ਕਰੀ ਕਾਲ ਹੋਈ ਗਿਆ ਹਾ ਸਤਵਿਕ ਵੀ ਆਪ ਨੂੰ ਪਿਛਲੇ ਬਰੇ ਕਰੋਨਾ ਪੋਜ਼ਿਟਿਵ ਹੋਈਏ ਹੈ ਪਰ ਇਨੇ ਮੁਸ਼ਕਿਲਾਂ ਦੇ ਬਾਅਦ ਵੀ ਇਨੇ ਦੋਨੇ ਮਰਦ ਦੇ ਡਬਲ ਸ਼ਟਲ ਮੁਕਾਬਲੇ ਚ ਆਪਣਾ ਬਿਹਤਰੀਨ ਦੇਣੇ ਦੀ ਕੋਸ਼ਿਸ਼ ਚ ਜੁਟੇ ਦੇਨ ਇੱਕ ਹੋਰ ਖਿਡਾਰੀ ਕਰਨ ਮੈਂ ਤੁੰਦਾ ਪਰਿਚੇ ਕਰਵਾਣਾ ਚਾਹਾਂ ਏਨ ਹਰਿਆਣਾ ਦੇ ਭੀਵਾਨੀ ਦੇ ਮਨੀਸ਼ ਕੌਸ਼ਿਕ ਜੀ ਮਨੀਸ਼ ਜੀ ਖੇਤੀ ਕਿਸਾਨੀ ਵਾਲੇ ਪਰਿਵਾਰ ਤੋਂ ਆਉਂਦੇ ਬਚਪਨ ਚ ਖੇਤਰੀਆਂ ਚ ਕੰਮ ਕਰਦੇ ਕਰਦੇ ਮਨੀਸ਼ ਜੀ ਉਹ ਰੰਗੀ ਮੁੱਕੇ ਬਾਜ਼ੀ ਦਾ ਸ਼ੌਕ ਹੋ ਗਿਆ ਹ ਅੱਜ ਇਹ ਸ਼ੌਕ ਉਹਨੇ ਕੀ ਟੋਕਿਓ ਲਈ ਜਾ ਕਰਦਾ ਇੱਕ ਹੋਰ ਖਿਡਾਰੀ ਸੀ ਇਹ ਭਵਾਨੀ ਦੇਵੀ ਜੀ ਨਾ ਭਵਾਨੀ ਹੈ ਤੇ ਤਲਵਾਰ ਬਾਜ਼ੀ ਦੀ ਮਾਹਿਰਨ ਚੇਨਈ ਦੀ ਰੋਹਣੇ ਵਾਲੀ ਭਵਾਨੀ ਪਹਿਲੀ ਭਾਰਤੀ ਤਲਵਾਰ ਬਾਜ਼ ਜਿਨੇ 올림픽 ਚ ਆਪਣੀ ਥਾਰ ਬਣਾਈ ਹੈ ਮੈਂ ਕੁਝ ਪੜਿਆ ਕਰਦਾ ਹਾਂ ਜੇ ਭਵਾਨੀ ਜੀ ਉਹਦੀ ਸਿਖਲਾਈ ਜਾਰੀ ਰਵੇ ਇਹਦੇ ਆਸਤੇ ਉਹਦੀ ਮਾਤਾ ਹੋਰें ਆਪਣੇ ਗਹਿਣੇ ਤੱਕਰਬੰਦੇ ਰਖੀ ਦਿੱਤੇ ਹੈ ਸਾਥੀਓ ਐਸੇ ਤੇ ਅਣਗਿਣਿਤ ਨਾਨ ਪਰ ਮਨ ਕੀ ਬਾਤ ਚ ਮੈਂ ਅੱਜ ਕਿਛ ਗੈ ਨਾ ਅੰਦਾਜ਼ ਜ਼ਿਕਰ ਕਰੀ ਸਕਿਆ ਟੋਕੀਓ ਜਾ ਕਰਦੇ ਹਰ ਖੜਹਾਰੀ ਦਾ ਸੰਘਰਸ਼ ਰਿਹਾ ਭਰੇ ਦੀ ਮਿਹਨਤ ਰਹੀ ਹੈ ਉਹ ਛੜਾ ਆਪਣੇ ਆਸਤੇ ਗੈ ਨਹੀਂ ਜਾ ਕਰਦੇ ਸਲਖੂਆ ਮੂਲਖ ਆਸਤੇ ਜਾ ਕਰਦੇ ਇਹਨੇ ਖਿਡਾਰੀਆਂ ਭਾਰਤ ਦਾ ਗੌਰਵ ਵੀ ਵਧਾਣਾ ਹੈ ਤੇ ਲੋਕਾਂ ਦਾ ਦਿਲ ਵੀ ਜਿੱਤਣਾ ਹੈ ਤੇ ਇਸ ਕਰੀਏ ਮੇਰੇ ਦੇਸ਼ਵਾਸੀਓ ਮੈਂ ਤੁਸੇਂ ਕੀ ਵੀ ਸਲਾਹ ਦੇਣਾ ਚਾਹਨਾ ਅਸੀਂ ਜਾਣੇ ਅਣਜਾਣੇ ਚ ਵੀ ਸਾੜੇ ਇਹਨੇ ਖਿਡਾਰੀਆਂ ਉਪਰ ਦਬਾਅ ਨਹੀਂ ਬਣਾਉਣਾ ਹੈ ਸਗੋਂ ਖੁੱਲੇ ਮਨਿਆ ਕੰਨਾਂ ਇਹਦਾ ਸਾਥ ਦੇਣਾ ਹੈ ਔਰ ਇੱਕ ਖਿਡਾਰੀ ਦਾ ਉਤਸ਼ਾਹ ਵਧਾਣਾ ਹੈ ਸੋਸ਼ਲ ਮੀਡੀਆ 'ਪਰ ਤੁਸ #cheerforindia ਦੇ ਕੰਨਾ ਆਪਣੀ ਇਨੇ ਖਿਡਾਰੀਆਂ ਗੀ ਸ਼ੁਭ ਕਾਮਨਾ ਦੇ ਸਕਦੇ ਹੋ ਤੁਸ ਕਿਸ਼ ਉਰ ਵੀ ਇਨੋਵੇਟਿਵ ਕਰਨਾ ਚਾਹੋ ਤਾਂ ਉਹ ਵੀ ਪੱਕਾ ਕਰੋ ਜੇਕਰ ਤੁਸੇਂ ਗੀ ਕੋਈ ਨਿਆ ਵਿਚਾਰ ਆਉਂਦਾ ਜਿਹੜਾ ਸਾਡੇ ਖਿਡਾਰੀਆਂ ਲਈ ਮੁਲਖਿਆ ਗੀ ਮਿਲਿਆ ਕਰਨਾ ਚਾਹੀਦਾ ਤਾਂ ਉਹ ਤੁਸ ਮਿਗੀ ਪੱਕਾ ਭੇਜਿਓ ਅਸ ਸੱਭਿਆ ਮਿਲਿਆ ਟੋਕੀਓ ਜਾਣਿਆਲੇ ਆਪਣੇ ਖਿਡਾਰੀਆਂ ਗੀ ਸਪੋਰਟ ਕਰਗੇ ਚੀਅਰ ਫੋਰ ਇੰਡੀਆ ਚੀਅਰ ਫੋਰ ਇੰਡੀਆ ਚੀਅਰ ਫੋਰ ਇੰਡੀਆ ਮੇਰੇ ਪਿਆਰੇ ਦੇਸ਼ ਵਾਸੀਓ ਕੋਰੋਨਾ ਦੇ ਖਿਲਾਫ ਅਸੀਂ ਦੇਸ਼ ਵਾਸੀਆਂ ਦੀ ਲੜਾਈ ਜਾਰੀ ਹੈ ਪਰ ਇਸ ਲੜਾਈ ਚ ਅਸ ਸਭਾ ਇਕੱਠੇ ਮਿਲੀ ਹੈ ਕਈ ਗੈਰ ਮਾਮੂਲੀ ਮੁਕਾਮ ਵੀ ਹਾਸਲ ਕਰਾ ਕਰਨੇ ਆ ਅਜੇ ਕੁਝ ਦਿਨ ਪਹਿਲੇ ਗਿਆ ਸਾਡੇ ਮੁਲਖ ਹੈ ਨੇ ਇੱਕ ਇਤਿਹਾਸੀ ਕੰਮ ਕੀਤਾ ਹੈ 21 ਜੂਨ ਦੀ ਵੈਕਸੀਨ ਅਭਿਆਨ ਦੇ ਅਗਲੇ ਚਰਨ ਦੀ ਸ਼ੁਰੂਆਤ ਹੋਈ ਤੇ ਉਸੇ ਦਿਨ ਦੇਸ਼ ਨੇ 86 ਲੱਖ ਕੋਲਾ ਮਤੇ ਲੋਕਾਂ ਦੀ ਵੈਕਸੀਨ ਲਾਣ ਦਾ ਰਿਕਾਰਡ ਵੀ ਬਣਾਈ ਦਿੱਤਾ ਉਹ ਵੀ ਇੱਕ ਦਿਨ 'ਚ ਇੰਨੀ ਵੱਡੀ ਗਿਣਤੀ 'ਚ ਭਾਰਤ ਸਰਕਾਰ ਆਸਿਆ ਮੁਫਤ ਵੈਕਸੀਨੇਸ਼ਨ ਤੇ ਉਹ ਵੀ ਇੱਕ ਦਿਨ 'ਚ ਸੁਭਾਵਿਕ ਹੈ ਇਹਦੀ ਚਰਚਾ ਵੀ ਬੜੀ ਹੋਈ ਸਾਥਿਓ ਇੱਕ ਬਰੇ ਪਹਿਲੇ ਸਭਨੇ ਦੇ ਸਾਹਮਣੇ ਸਵਾਲ ਹਾ ਜੇ ਵੈਕਸੀਨ ਕੁਸਲਾਉਗ ਅੱਜ ਅਸ ਇੱਕ ਦਿਨਾਂ ਚ ਲੱਖੇ ਲੋਕਾਂ ਕੀ ਭਾਰਤ ਚ ਬਣੀ ਦੀ ਵੈਕਸੀਨ ਮੁਫਤ ਜਲਾਰਨਿਆ ਤੇ ਈ ਹੈ ਸਾਡੇ ਨਵੇਂ ਭਾਰਤ ਦੀ ਤਾਕਤ ਹੈ ਸਾਥਿਓ ਵੈਕਸੀਨ ਦੀ ਸੁਰੱਖਿਆ ਮੁਲਕਾ ਦੇ ਆਰ ਬਸ ਨੇ ਗੀਤ ਹੋਇ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹੋਨਾ ਕਈ ਧਾਰਿਆਂ ਉਪਰ ਵੈਕਸੀਨ ਕੀ ਲਈ ਹੈ ਸ਼ੱਕ ਸ਼ੂਬੇ ਖਤਮ ਕਰਨ ਲਈ ਕਈ ਸੰਗਠਨ ਸਿਵਲ ਸਮਾਜ ਦੇ ਲੋਕ ਅੱਗਾ ਆਏ ਨੇ ਤੇ ਸਭੈ ਰਲੀਆਂ ਬੜਾ ਖਰਾਕ ਹਮ ਕਰਾ ਕਰ ਦਿਨ ਚਲੋ ਅਸ ਵੀ ਅੱਜ ਇੱਕ ਗਾਂਚ ਚ ਚਲਨੇ ਆ ਤੇ ਉਹਨੇ ਲੋਕਾਂ ਕੰਨਾਂ ਗੱਲ ਕਰਨੇ ਆ ਵੈਕਸੀਨ ਦੇ ਬਾਰੇ ਚ ਮਧਿਆਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਡੁਲਾਰੀਆ ਗਾਂਚ ਚਲਨੇ ਆ ਹੈਲੋ ਨਮਸਕਾਰ ਨਮਸਤੇ ਜੀ ਮੇਰਾ ਨਾਮ ਰਾਜੇਸ਼ ਹਿਰਾਵੇ ಗ್ರಾಮ ਪੰਚਾਇਤ ਢੁਲਾਰੀਆ ਭੀਮਪੁਰ ਬਲਾਕ ਰਾਜੇਸ਼ ਜੀ ਮੈਂ ਫੋਨ ਇਸ ਕਰੀਆ ਕੀਤਾ ਜੇ ਮੈਂ ਜਾਨਣਾ ਚਾਹਨਾ ਜੇ ਇਲਾਕਾ ਤੁਹਾਡੇ ਗ੍ਰਾਮ ਚ ਕੋਰੋਨਾ ਦੀ ਕੀ ਸਥਿਤੀ ਹੈ ਸਰ ਇੱਥੇ ਕੋਰੋਨਾ ਦੀ ਸਥਿਤੀ ਤੇ ਇਲਾ ਇੰਨਾ ਕਿਛ ਨਹੀਂ ਹੈ ਇੱਥੇ ਇਲਾ ਲੋਕ ਬਿਮਾਰ ਨਹੀਂ ਹੈ ਜੀ ਗ੍ਰਾਮ ਦੀ ਆਬਾਦੀ ਕਿੰਨੀ ਹੈ ਕਿੰਨੇ ਲੋਕ ਨੇ ਗ੍ਰਾਮ ਚ ਗਾਂਚ 462 ਮਰਦਨ ਤੇ 332 ਮਹਿਲਾਨ ਸਰ ਅੱਛਾ ਰਾਜੇਸ਼ ਜੀ ਤੁਸੀਂ ਵੈਕਸੀਨ ਲਈ ਲਾਤੀ ਹੈ ਕਿਆ ਨਹੀਂ ਸਰ ਅਜੇ ਨਹੀਂ ਲਾਤੀ ਹੈ ਭਾਈ ਕੀ ਨਹੀਂ ਲਾਤੀ ਸਰਜੀਥ ਕਿਸ਼ ਲੋਕੇ ਕਿਸ਼ WhatsApp ਪਰ ਨਿਆ ਪਰਮਪਾਈ ਦਿੱਤਾ ਜੇ ਉਹਦੇ ਕੰਨ ਲੋਕ ਭਲੇਖੇ ਚ ਪਈ ਗਏ ਨੇ ਸਰ ਜੀ ਤੇ ਕਿਆ ਤੁੰਦੇ ਮਾਨਿਆ ਚ ਵੀ ਡਰ ਹੈ ਜੀ ਸਰ ਪੂਰੇ ਗਾਂਚ ਐਸਾ ਭਰਮ ਫੈਲਾਈ ਦਿੱਤਾ ਗਿਆ ਹੈ ਸਰ ਔਰੇ ਭਾਈ ਇੱਕ ਇੱਕ ਗੱਲ ਕੀਤੀ ਤੁਸੀਂ ਦਖੋ ਰਾਜੇਸ਼ ਜੀ ਮੈਂ ਤੁਸੇ ਕੀ ਵੀ ਤੇ ਮੇਰੇ ਸੱਭਿਆ ਗ੍ਰਾਂ ਦੇ ਭੈਣੇ ਭਰਾਏਂ ਕੀ ਇਹ ਆਖਣਾ ਜਿੱਡਾ ਰਹਿ ਤਾਂ ਉਸੀ ਕੱਢੀ ਦਿਓ ਸਾੜੇ ਪੂਰੇ ਮੁਲਖਾ ਚ 31 ਕਰੋੜ ਕੋਲਾ ਵੀ ਮਤੇ ਲੋਕੇ ਵੈਕਸੀਨ ਦਾ ਟੀਕਾ ਲੁਆਈ ਲਤਾ ਜੀ ਤੁਸੇ ਕੀ ਪਤਾ ਹੈ ਨਾ ਮੈਂ ਆਪੂ ਵੀ ਦਵਾ ਟੀਕੇ ਲੁਆਈ ਲਤ ਜੀ ਸਰ ਮੇਰੀ ਮਾਤਾ ਔਰ ਤੇ ਕਰੀਬ ਕਰੀਬ 100 ਬਰੇ ਦੀਆਂ ਹਨ ਉਹਨੇ ਵੀ ਦਵਾ ਟੀਕੇ ਲਗਵਾਈ ਲਿਆ ਤੇ ਕਦੇ ਕਦੇ ਕੁਦਾਇ ਦੇ ਕੰਨੇ ਬੁਖਾਰ ਵਗੈਰਾ ਹੁੰਦਾ ਪਰ ਉਹ ਬੜਾ ਮਾਮੂਲੀ ਹੁੰਦਾ ਹੈ ਕਿਛ ਘੰਟੇ ਲਈ ਹੁੰਦਾ ਹੈ ਦੇਖੋ ਵੈਕਸੀਨ ਨਹੀਂ ਲੈਣਾ ਬੜਾ ਖਤਰਨਾਕ ਹੋ ਸਕਦਾ ਹੈ ਇਹਦੇ ਕੰਨੇ ਤੁਸ ਆਪਣੇ ਆਪ ਕੀ ਤੇ ਖਤਰੇ ਚ ਪਾ ਦੇਗਾ ਉਹ ਕੰਨੇ ਪਰਿਵਾਰ ਤੇ ਗਰਾਂ ਕੀ ਵੀ ਖਤਰੇ ਚ ਪਾਈ ਸਕਦੇ ਹੋ ਤੇ ਰਾਜੇਸ਼ ਜੀ ਇਸ ਕਰੀਆ ਜਿੰਨਾ ਤੋਲੇ ਹੋ ਸਕਿਆ ਵੈਕਸੀਨ ਲਗਵਾਈ ਲਓ ਤੇ ਗ੍ਰਾਂਚ ਸਭਨੇ ਕੀ ਦੱਸੋ ਜੇ ਭਾਰਤ ਸਰਕਾਰ ਦੀ ਤਰਫਾ ਮੁਫਤ ਵੈਕਸੀਨ ਦੀ ਤਿਆਗ ਕਰਦੀ ਹੈ ਤੇ 18 ਬਰੇ ਸ਼ਾ ਉਪਰ ਸਭਨੇ ਲੋਕੇ ਆਸਤਾ ਹੈ ਇਹ ਮੁਫਤ ਵੈਕਸੀਨੇਸ਼ਨ ਹੈ ਜੀ ਜੀ ਤੁਸੀਂ ਵੀ ਲੋਕੇ ਕੀ ਗ੍ਰਾਂਚ ਦੱਸੋ ਜੇ ਗ੍ਰਾਂਚ ਚ ਡਰ ਦੇ ਮਾਹੌਲ ਦਾ ਕੋਈ ਕਾਰਨ ਹੈ ਨਹੀਂ ਹੈ وجہ ਇਹ ਸਰ ਕਿਛ ਲੋਕੇ ਐਸੀ ਗਲਤ ਅਫਵਾਹ ਫੈਲਾਈ ਦੀ ਥੀ ਜਿਹਦੇ ਕਰਕੇ ਲੋਕ ਬੜੇ ਗਾ ਡਰੀਏ और तो मिसाल जिया उस वैक्सीन लाने बुखार होना बुखार करें हो बीमारी फैली जाना मतलब आदमी की मौत हो जाए तक कर दिया अफवाह फैलाईं ਓ ਦਿਖੋ ਅੱਜ ਤੇ ਇੰਨੇ ਰੇਡੀਓ ਇੰਨੇ ਟੀਵੀ ਇੰਨੀ ਸਾਰੀਆਂ ਖਬਰਾਂ ਮਿਲਦੀਆਂ ਨੇ ਤੇ ਇਸ ਕਰੀਏ ਲੋਕਾਂ ਨੂੰ ਸਮਝਾਉਣਾ ਬੜਾ ਸੌਖਾ ਹੋ ਜਾਂਦਾ ਤੇ ਦਿਖੋ ਮੈਂ ਤੁਸੇਂ ਕੀ ਦੱਸਾਂ ਭਾਰਤ ਦੇ ਨੇਕਾਂ ਐਸੇ ਗ੍ਰਾਂਵ ਜਿੱਥੇ ਸੱਬੇ ਲੋਕ ਵੈਕਸੀਨ ਲਗਵਾਈ ਚੁੱਕੇ ਦੇਣ ਯਾਨੀ ਗ੍ਰਾਂਵ ਦੇ 100% ਲੋਕ ਜੀਆਂ ਮੈਂ ਤੁਸੇਂ ਕੀ ਇੱਕ ਮਿਸਾਲ ਦਿਨਾ ਕਸ਼ਮੀਰ ਚ ਬਾਂਡੀਪੁਰ ਜ਼ਿਲ੍ਹਾ ਇਸ ਬਾਂਡੀਪੁਰ ਜ਼ਿਲ੍ਹੇ ਚ ਇੱਕ ਵਿਵਰਣ ਗ੍ਰਾਂ ਦੇ ਲੋਕੇ ਮਿਲੀ ਐ 100% ਵੈਕਸੀਨ ਦਾ ਲਕਸ਼ ਬਣਾਇਆ ਤੇ ਉਸੇ ਪੂਰਾ ਵੀ ਕੀਤਾ ਅੱਜ ਕਸ਼ਮੀਰ ਦੇ ਇਸ ਗ੍ਰਾਂ ਦੇ 18 ਬਰੇ ਸ਼ਾ ਉੱਪਰ ਸੱਬੇ ਲੋਕ ਟੀਕਾ ਲਗਵਾਈ ਚੁੱਕੇ ਨੇ ਨਾਗਾਲੈਂਡ ਦੇ ਵੀ ਤ੍ਰਾਂ ਗ੍ਰਾਂ ਦੇ ਬਾਰੇ ਚ ਮਿਗੀ ਪਤਾ ਲੱਗਾ ਤੇ ਉੱਥੇ ਵੀ ਸਭਨੇ ਲੋਕੇ 100% ਟੀਕਾ ਲਗਵਾਈ ਲਿਆਤਾ ਜੀ ਜੀ ਰਾਜੇਸ਼ ਜੀ ਤੁਸੀਂ ਕੀ ਵੀ ਆਪਣੇ ਗ੍ਰਾਂ ਆਪਣੇ ਆਲੇ ਦੁਆਲੇ ਦੇ ਗ੍ਰਾਂਿਆਂ 'ਚ ਇਹ ਗੱਲ ਪਹਾਨੀ ਚਾਹੀਦੀ ਤੇ ਤੁਸੀਂ ਵੀ ਜੀਆਂ ਆਖਦੇ ਹੋ ਇਹ ਭਰਮ ਹੈ ਬਸ ਇਹ ਭਰਮ ਹੈ ਜੀ ਜੀ ਤੇ ਭਰਮ ਦਾ ਜਵਾਬ ਇਹ ਹੈ ਜੇ ਤੁਸੀਂ ਕੀ ਆਪਣੇ ਆਪ ਹੈਗੀ ਟੀਕਾ ਲਗਵਾਈ ਹੈ ਸਮਝਾਣਾ ਪਊ ਸਭਨੇਗੀ ਕਰ ਗਿਓ ਨਾ ਤੁਸੀਂ ਜੀ ਸਰ ਪੱਕਾ ਕਰ ਗਿਓ ਜੀ ਸਰ ਜੀ ਸਰ ਤੁੰਦੇ ਕੰਨੇ ਗੱਲ ਕਰਨੇ ਕੰਨੇ ਮੀਗੀ ਇਆਂ ਲੱਗਦਾ ਜੇ ਮੈਂ ਆਪੂ ਵੀ ਟੀਕਾ ਲਗਵਾਵਾਂ ਤੇ ਲੋਕਿੰਗੇ ਵੀ ਇਹਦੇ ਬਾਰੇ ਚ ਅੱਗੇ ਦੱਸਾਂ ਅੱਛਾ ਗ੍ਰਾਂਚ ਹੋਰ ਵੀ ਕੋਈ ਹੈ ਜਿੰਦੇ ਕੰਨੇ ਮੈਂ ਗੱਲ ਕਰ ਸਕਣਾ ਜੀ ਹੈ ਸਰ ਕੌਣ ਗੱਲ ਕਰੋ ਹੈਲੋ ਸਰ ਨਮਸਕਾਰ ਨਮਸਤੇ ਜੀ ਕੌਣ ਬੋਲਾ ਕਰ ਦਿਓ ਸਰ ਮੇਰਾ ਨਾਮ ਕਿਸ਼ੋਰੀ ਲਾਲ ਦੁਰਵੇ ਹੈ ਕਿਸ਼ੋਰੀ ਲਾਲ ਜੀ ਹੁਣਾ ਰਾਜੇਸ਼ ਜੀ ਹੁੰਦੇ ਕੰਨੇ ਗੱਲ ਕਰਾਰਦੀ ਹੀ ਜੀ ਸਰ ਉਹ ਤੇ ਬੜੇ ਦੁਖੀ ਹੋਈ ਅਦਾਸਰ ਦੇ ਇਹ ਜੇ ਵੈਕਸੀਨ ਕੀ ਲਈਏ ਲੋਕ ਕਈ ਗੱਲਾਂ ਕਰਾ ਕਰ ਦੇ ਜੀ ਤੁਸੀਂ ਵੀ ਐਸਾ ਸੁਣਿਆ ਕਿ ਆ ਸੁਣਿਆ ਤੇ ਆ ਸਰ ਕੀ ਸੁਣਿਆ ਇਹ ਅਸਰ ਇਹ ਨੇੜੇ ਮਹਾਰਾਸ਼ਟਰ ਹੈ ਉਧਰ ਕਿਛ ਰਿਸ਼ਤੇਦਾਰੀ ਕਨੇ ਜੁੜੇ ਦੇ ਲੋਕ ਮਤਲਬ ਕਿਛ ਅਫਵਾਹੀ ਫੈਲਾਉਂਦੇ ਜੇ ਵੈਕਸੀਨ ਲਾਣੇ ਕਰੀ ਲੋਕ ਸੱਭਿਆ ਮਾਰਾ ਕਰ ਦੇ ਕੋਈ ਬਿਮਾਰ ਹੋਆ ਕਰਦਾ ਸਰ ਲੋਕਾਂ ਕੋਲ ਮਤਾ ਪਰ ਮੈਂ ਸਰ ਇਸ ਲਈ ਨਹੀਂ ਲੋਾਰ ਦੇਨ ਨਹੀਂ ਆਖਦੇ ਕੇ ਨਾ ਉਹਨ ਕੋਰੋਨਾ ਚਲੀ ਗਿਆ ਇਆਂ ਆਖਦੇ ਨ ਜੀ ਕੋਰੋਨਾ ਕੰਨਾ ਕਿਛ ਨਹੀਂ ਹੁੰਦਾ ਐ ਐਸਾ ਆਖਦੇ ਨ ਨਹੀਂ ਕੋਰੋਨਾ ਚਲੀ ਗਿਆ ਨਹੀਂ ਬੋਲਦੇ ਸਰ ਕੋਰੋਨਾ ਤੇ ਆਇਆ ਬੋਲਦੇ ਨ ਪਰ ਵੈਕਸੀਨ ਜਿਹੜੇ ਲੈਂਦੇ ਨੇ ਉਹਦੇ ਕੰਨਾ ਮਤਲਬ ਬਿਮਾਰੀ ਉਹ ਆ ਕਰਦੀ ਐ ਸਭ ਮਾਰਾ ਕਰਦੇ ਨੇ ਇਹ ਸਥਿਤੀ ਦੱਸਦੇ ਨੇ ਸਰ ਅੱਛਾ ਵੈਕਸੀਨ ਦੇ ਕਾਰਨ ਮਾਰਾ ਕਰਦੇ ਨੇ ਆਪਣਾ ਇਲਾਕਾ ਆਦੀਵਾਸੀ ਇਲਾਕਾ ਐ ਸਰ ਇਹਾਂ ਵੀ ਲੋਕ ਇਹਦੇ 'ਚ ਤੌਲੇ ਡਰਦੇ ਨੇ ਭਰਮ ਫੈਲਾਈ ਦੇਣੇ ਕਰੀ ਲੋਕ ਨਹੀਂ ਲਿਆ ਕਰਦੇ ਸਰ ਵੈਕਸੀਨ ਦੇਖੋ ਕਿਸ਼ੋਰੀ لال ਜੀ ਜੀ ਹਾਂ ਸਰ ਇਹ ਅਫਵਾਹੀ ਫਲਾਣੇ ਵਾਲੇ ਲੋਕ ਤੇ ਅਫਵਾਹੀ ਫਿਲਾਂਦੇ ਰੋਂਗਣ ਅਸੇ ਤੇ ਜ਼ਿੰਦਗੀ ਬਚਾਣੀ ਹੈ ਆਪਣੇ ਗਰਾਂਿਆਂ ਵਾਲੇ ਕੀ ਬਚਾਣਾ ਹੈ ਜੇਕਰ ਕੋਈ ਆਖਦਾ ਜੇ ਕਰੋਨਾ ਚਲੀ ਆ ਤਾਂ ਇਸ ਪਰਮ ਚ ਨਹੀਂ ਰਭੋ ਇਹ ਬਿਮਾਰੀ ਹੈ ਇੱਕ ਬਹੁ ਰੂਪੀਏ ਵਾਲੀ ਬਿਮਾਰੀ ਹੈ ਜਿਹੜੀ ਆਪਣਾ ਰੂਪ ਬਦਲਦੀ ਹੈ ਨਵੇਂ-ਨਵੇਂ ਰੰਗ ਰੂਪ ਲਈ ਹੈ ਪੂਜੀ ਜਾਂਦੀ ਹੈ ਓਦੇਸ਼ਾ ਬਚਨਿਆਸਤ ਸਾਡੇ ਕੋਲ ਦੋ ਰਸਤੇ ਨੇ ਇੱਕ ਤੇ ਕਰੋਨਾ ਲਈ ਜਿਹੜਾ ਪ੍ਰੋਟੋਕਾਲ ਬਣਾਇਆ ਮਾਸਕ ਪਾਣਾ ਸਾਬੂਨ ਕਰਨਾ ਬਾਰ-ਬਾਰ ਹੱਥ ਧੋਣਾ ਵੈਕਸੀਨ ਦਾ ਟੀਕਾ ਲਗਵਾਉਣਾ ਇੱਕ ਖਰਾ ਸੁਰੱਖਿਆ ਕਵਚ ਹੈ ਤੇ ਇਹਦੀ ਚਿੰਤਾ ਕਰੋ। ਅੱਛਾ ਕਿਸ਼ੋਰੀ لال ਜੀ ਇਹ ਦੱਸੋ ਜਿਸ ਲੈ ਲੋਕ ਤੁੰਦੇ ਕਰਨਾਂ ਗੱਲਾਂ ਕਰਦੇ ਤਾਂ ਤੁਸੀਂ ਕਿਹਾਂ ਸਮਝਾਉਂਦੇ ਲੋਕਾਂ ਕੀ ਤੁਸੀਂ ਸਮਝਾਉਣੇ ਦਾ ਕੰਮ ਕਰਦੇ ਹੋ ਜਾਂ ਤੁਸੀਂ ਵੀ ਅਵਾਇੰਚ ਆਏ ਜਾਂਦੇ ਹੋ। ਸਮਝਾ ਚਾ ਕਿ ਉਹ ਲੋਕ ਮਤਿ ਹੋਈ ਜਾਂਦੇ ਅਨਸਾਰ ਅਸ ਵੀ ਡਰਤਰਾ ਚ ਆਈ ਜਾਂਦੇ ਆ। ਦੇਖੋ ਕਿਸ਼ੋਰੀ لال ਜੀ ਮੇਰੀ ਤੁੰਦੇ ਕਰਨਾਂ ਗੱਲ ਹੋਈ ਹੈ ਅੱਜ ਤੁਸੀਂ ਮੇਰੇ ਸਾਥੀ ਹੋ ਤੁਸੀਂ ਡਰਨਾ ਨਹੀਂ ਹੈ ਤੇ ਲੋਕਾਂ ਦੇ ਡਰ ਗੀ ਵੀ ਕੱਢਣਾ ਹੈ। ਕੱਢ ਗਿਓ ਨਾ ਜੀ ਸਰ ਕੜ ਗਏ ਲੋਕੇ ਦੇ ਡਰ ਗਏ ਵੀ ਕੜ ਗਏ ਸਰ ਤੇ ਮੈਂ ਆਪੂ ਵੀ ਟੀਕਾ ਲਗਵਾਉਂ ਤੋ ਜਾਣ ਦਿਓ ਸਾਡੇ ਵਿਗਿਆਨੀ ਕਿੰਨੀ ਮਿਹਨਤ ਕਰੀ ਐ ਇਹ ਵੈਕਸੀਨ ਬਣਾਈ ਐ ਇੰਨੇ ਵੱਡੇ ਵਿਗਿਆਨੀ ਕਿੰਨ ਕੰਮ ਕੀਤਾ ਇਸ ਕਰੀਏ ਸਿੰਗੀ ਵਿਗਿਆਨ ਉਪਰ ਭਰੋਸਾ ਕਰਨਾ ਚਾਹੀਦਾ ਵਿਗਿਆਨਿਕਾਂ ਉਪਰ ਭਰੋਸਾ ਕਰਨਾ ਚਾਹੀਦਾ ਤੇ ਇਹ ਝੂਠ ਫਲਾਣੇ ਵਾਲੇ ਲੋਕੇ ਕੀ ਬਾਰ ਬਾਰ ਸਮਝਾਉਣਾ ਚਾਹੀਦਾ ਜੇ ਦਿਖੋ ਪਾਈ ਐਸਾ ਨਹੀਂ ਹੁੰਦਾ ਇੰਨੇ ਲੋਕੇ ਵੈਕਸੀਨ ਲੈ ਲੈਂਦੀ ਐ ਕਿਛ ਨਹੀਂ ਹੁੰਦਾ ਤੇ ਅਫਵਾਹੀ ਤੁਮਾਂ ਬੱਚਿਆ ਰੋਣਾ ਚਾਹੀਦਾ ਗ੍ਰਾਂ ਬੀਬੀ ਬਚਾਣਾ ਚਾਹੀਦਾ ਤੁੰਦੇ ਪੂਰੇ ਗ੍ਰਾਂ ਕੀ ਮੇਰੀ ਤਰਫਾਂ ਸ਼ੁਭ ਕਾਮਨਾ ਦਿਓ ਤੇ ਸਭਨੇ ਕੀ ਆਖੋ ਜੇ ਜਿਸ ਲੈ ਵੀ ਆਪਣਾ ਨੰਬਰ ਹੈ ਵੈਕਸੀਨ ਜ਼ਰੂਰ ਲਗਵਾਓ ਮੈਂ ਚਾਂਗ ਦੇ ਗ్రాੰਧੀਆਂ ਮਹਿਲਾਇਆਂ ਗੀ ਸਾੜੀਆਂ ਮਾਤਾਇਆਂ ਪਹਿਣੇਗੀ ਇਸ ਕੰਮ ਚ ਮਤੇ ਕੋਲਾ ਮਤਾ ਜੋੜੋ ਤੇ ਸਕਰੀਅਤਾ ਕਰਨਾ ਉਹਨੇ ਗੀ ਆਪਣੇ ਕਰਨਾ ਰੱਖੋ ਜੀ ਕਦੇ ਕਦੇ ਮਾਤਾ ਪੈਣਾ ਗੱਲ ਆਖਦੀਆਂ ਤੇ ਲੋਕ ਤੌਲੇ ਮੰਨੀ ਜਾਂਦੇ ਤੁੰਦੇ ਗ్రాੰਚ ਜਿਸ ਲੈ ਟਿਕਾਕਰਨ ਪੂਰਾ ਹੋਇਆ ਤਾਂ ਮੀਗੀ ਦੱਸਿਓ ਜ਼ਰੂਰ ਪੱਕਾ ਦੱਸ ਗਿਓ ਦਿਖੋ ਮੈਂ ਬਲਗਾ ਨਾਲ ਤੁੰਦੀ ਚਿੱਠੀ ਗਈ ਜੀ ਸਰ ਚਲੋ ਰਾਜੇਸ਼ ਜੀ ਕਿਸ਼ੋਰ ਜੀ ਮਤਾ ਮਤਾਤਾ ਧੰਨਵਾਦ ਤੁਹਦੇ ਕੰਨਾਂ ਨਾਲ ਗੱਲ ਕਰਨੇ ਦਾ ਮੌਕਾ ਮਿਲਿਆ ਧੰਨਵਾਦ ਸਰ ਤੁਸੀਂ ਸਾਡੇ ਕੰਨਾਂ ਨਾਲ ਗੱਲ ਕੀਤੀ ਹੈ ਮਤਾ ਮਤਾਤਾ ਧੰਨਵਾਦ ਤੁਸੀਂ ਕੀ ਬੀ ਸਾਥੀਓ ਕਦੇ ਨਾ ਕਦੇ ਇਹ ਦੁਨੀਆ ਲਈ ਕੇਸ ਸਟੱਡੀ ਦਾ ਵਿਸ਼ੇ ਬਣੋ ਜੇ ਭਾਰਤ ਦੇ ਗ੍ਰਾਂਦੇ ਲੋਕਾਂ ਸਾਰੇ ਬਨਵਾਸੀਏ ਆਦੀਵਾਸੀਏ ਭੈਣੇ ਭਰਾਏ ਇਸ ਕੋਰੋਨਾ ਕਾਲ ਚ ਕਿਸ ਚਾਲੀ ਆਪਣੀ ਸਮਰਥ ਤੇ ਸੂਝਬੂਝ ਦਾ ਪਰਚੇ ਦਿੱਤਾ ਗ੍ਰਾਂਹ ਦੇ ਲੋਕੇ ਕਵਾਰੰਟਾਈਨ ਸੈਂਟਰ ਬਣਾਏ ਮੋਕਾਮੀ ਜ਼ਰੂਰਤਾਂ ਕੀ ਦਿਖਦੀ ਹੋਈ ਕ੍ਰੂਪ ਬਿਊਡ ਪ੍ਰੋਟੋਕਾਲ ਬਣਾਏ ਗ੍ਰਾਂਦੇ ਲੋਕਾਂ ਨੂੰ ਕੁਸੈਗੀ ਭੁੱਖਾ ਨਹੀਂ ਸੌਣ ਦਿੱਤਾ ਖੇਤੀਬਾੜੀ ਦਾ ਕੰਮ ਵੀ ਰੁਕਣ ਨਹੀਂ ਦਿੱਤਾ ਨੇੜੇ ਦੇ ਸ਼ਹਿਰਾਂ 'ਚ ਦੁੱਧ ਸਬਜ਼ੀਆਂ ਇਹ ਸਭ ਹਰ ਰੋਜ਼ ਪੁੱਜਦਾ ਰਵੈ ਇਹ ਵੀ ਗ੍ਰਾਂਂ ਯਕੀਨੀ ਬਣਾਇਆ ਯਾਨੀ ਆਪਣੇ ਆਪੇ ਦੀ ਸਾਂਭਿਆ ਹੋੜਨੇ ਦੀ ਵੀ ਸਾਂਭੀ ਰੱਖਿਆ ਇੰਹਾਂ ਗਏ ਅਸੀਂ ਵੈਕਸੀਨੇਸ਼ਨ ਅਭਿਆਨ 'ਚ ਵੀ ਕਰਦੇ ਰਹਿਣਾ ਹੈ ਅਸੀਂ ਜਾਗਰੂਕ ਹੋਣਾ ਵੀ ਹੈ ਤੇ ਜਾਗਰੂਕ ਕਰਨਾ ਵੀ ਹੈ ਗ੍ਰਾਹਾਂ ਚਾਰੇ ਇੱਕ ਵਿਅਕਤੀ ਕੀ ਵੈਕਸੀਨ ਲੱਗੀ ਜਾ ਇਹ ਹਰ ਇੱਕ ਗ੍ਰਾਹ ਦਾ ਲਕਸ਼ ਹੋਣਾ ਚਾਹੀਦਾ ਚੇਤਾ ਰੱਖੋ ਤੇ ਮੈਂ ਤੁਸੇ ਕੀ ਚੇਚੇ ਤੌਰ ਉਪਰ ਰੱਖਣਾ ਚਾਹਨਾ ਤੁਸੀਂ ਇੱਕ ਸਵਾਲ ਆਪਣੇ ਮਨਾਂ ਚ ਪੁੱਛੋ ਹਰ ਕੋਈ ਕਾਮਯਾਬ ਹੋਣਾ ਚਾਹੁੰਦਾ ਹੈ ਪਰ ਨਿਰਨਾਇਕ ਕਾਮਯਾਬੀ ਦਾ ਮੰਤਰ ਕੀ ਹੈ ਨਤੀਜਾ ਕੋਨ ਕਾਮਯਾਬੀ ਦਾ ਮੰਤਰ ਹੈ ਨਿਰੰਤਰਤਾ ਇਸ ਕਰੀਏ ਅਸੀਂ ਸੁਸਤ ਨਹੀਂ ਪਉਣਾ ਹੈ ਕੁੱਸਾ ਗਲਤ ਫਹਮੀ ਚ ਨਹੀਂ ਪਉਣਾ ਹੈ ਅਸੀਂ ਲਗਾਤਾਰ ਯਤਨ ਕਰਦੇ ਰਹਿਣਾ ਹੈ ਕਰੋਨਾ ਉਪਰ ਜਿੱਤ ਹਾਸਲ ਕਰਨੀ ਹੈ ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਮੁਲਖਾਂ ਚ ਓਨ ਬਰਸਾਂਤੀ ਦੀ ਰੁੱਤ ਵੀ ਆਈ ਉਠੀ ਹੈ ਬੱਦਲ ਜਿੱਲ੍ਹਾ ਵਰਦੇ ਤਾਂ ਛੜਾ ਸਾਡੇ ਆਸਤੇ ਕੇ ਨਹੀਂ ਵਰਦੇ ਸਗੁਆ ਬੱਦਲ ਆਉਣ ਵਾਲੀ ਪੀੜ੍ਹੀਆਂ ਆਸਤੇ ਵੀ ਵਰਦੇ ਨੇ ਬਰਖਾ ਦਾ ਪਾਣੀ ਜਿਮੀ ਚਾਈਏ ਇਕੱਠਾ ਹੁੰਦਾ ਹੈ ਜਿਮੀ ਦੇ ਜਲ ਸਤਰ ਕੀ ਵੀ ਸੁਧਾਰਦਾ ਹੈ ਇਸ ਕਰੀਏ ਮੈਂ ਪਾਣੀ ਦੇ ਸੰਰਖਣ ਕੀ ਦੇਸ਼ ਦੀ ਸੇਵਾ ਦਾ ਇੱਕ ਰੂਪ ਮੰਨਣਾ ਤੁਸੀਂ ਵੀ ਦਿਖਿਆ ਹੋਗ ਜੇ ਸਾੜੇ ਚੱਕ ਕਈ ਲੋਕ ਇਸ ਪੁੰਨੇ ਕੀ ਆਪਣੀ ਜ਼ਿੰਮੇਵਾਰੀ ਮੰਨੀ ਹੈ ਲੱਗੇ ਦੇ ਐਸੇ ਗਏ ਇੱਕ ਸ਼ਖਸਨ ਉੱਤਰਾਖੰਡ ਦੇ ਪੌੜੀ ਗੜਵਾਲ ਦੇ ਸੱਚੀ ਦਾ ਆਨੰਦ ਭਾਰਤੀ ਜੀ ਪਾਰਤੀ ਜੀ ਇੱਕ ਸਿੱਖਿਸ਼ਕ ਹਨ ਤੇ ਉਹਨੇ ਆਪਣੇ ਕੰਨਿਆ ਕੰਨਿਆ ਵੀ ਲੋਕਾਂ 'ਗੀ ਬੜੀ ਖਰੀ ਸਿੱਖਿਆ ਦਿੱਤੀ ਹੈ ਅੱਜ ਉਹਦੀ ਮਿਹਨਤ ਕਾਰਨ ਗਾ ਪੌੜੀ ਗੜਵਾਲ ਦੇ ਉਫਰੈਖਾਲ ਇਲਾਕੇ 'ਚ ਪਾਣੀ ਦਾ ਵੱਡਾ ਸੰਕਟ ਖਤਮ ਹੋ ਹੀ ਗਿਆ ਜਿੱਥਾ ਲੋਕ ਪਾਣੀ ਆਸਤੇ ਤਰਸਦੇ ਹੇ ਉੱਥੇ ਅੱਜ ਬਰੇ ਪਰ ਪਾਣੀ ਦੀ ਆਪੂਰਤੀ ਉਹ ਕਰਦੀ ਹੈ ਸਾਥੀਓ ਪਹਾੜਾਂ 'ਚ ਪਾਣੀ ਦੇ ਸੰਰਖਣ ਦਾ ਇੱਕ ਰਵਾਇਤੀ ਤਰੀਕਾ ਰਿਹਾ ਜਿਸੀ ਚਾਲਖਾ ਲਖਿਆ ਜਾਂਦਾ ਹੈ ਯਾਨੀ ਪਾਣੀ ਜਮਾ ਕਰਨ ਨਾਸਤਾ ਵੱਡਾ ਜਨਿਆ ਗੱਤ ਕੱਢਣਾ ਇਸ ਪਰੰਪਰਾ ਚ ਪਹਾੜਤੀ ਜੀ ਹੋਰੇ ਕਿਸ਼ ਨਮੇ ਟੰਗ ਤਰੀਕੇ ਜੋੜੇ ਉਹਨੇ ਲਗਾਤਾਰ ਨਿੱਕੇ ਵੱਡੇ ਤਲਾਬ ਬਣਵਾਏ ਇਹਦੇ ਕੰਨਾਂ ਨਾ ਛੜਾ ਉਫਰੈ ਖਾਲ ਦੀ ਪਹਾੜੀ ਹਰੀ ਭਰੀ ਹੋਈ ਸਗਵਾਂ ਲੋਕਾਂ ਕੀ ਪੀਣਿਆਲੇ ਪਾਣੀ ਦੀ ਦਿੱਕਤ ਵੀ ਦੂਰ ਹੋਈ ਗਈ ਤੁਸੇ ਜਾਣੀਏ ਹੈਰਾਨ ਰਹਿ ਜਾਗੇ ਜੇ ਪਹਾੜਤੀ ਜੀ ਐਸੇ 3000 ਤਮਾ ਬੀ ਮਤੇ ਪਾਣੀ ਦੇ ਲੋਕੇ ਤਲਾ ਬਣਵਾਈ ਚੁੱਕੇ ਦੇਨ 3000 ਹੁੰਦਾ ਇਹ ਭਾਗੀ ਰਥੀ ਕੰਮ ਅਜ ਵੀ ਜਾਰੀ ਹੈ ਤੇ ਨੇਕਾਂ ਲੋਕਾਂ ਦੀ ਪ੍ਰੇਰਣਾ ਦਿਹਾਰਦਾ ਹੈ ਸਾਥੀਓ ਇਸੇ ਚਾਲੀ ਇੱਕ ਹੋਰ ਸਾਡੇ ਕੋਲ ਮਿਸਾਲ ਹੈ यूपी ਦੇ ਬਾਂਦਾ ਜ਼ਿਲ੍ਹੇ ਦੇ ਅੰਧਾਵ ਗ్రాੰ ਦੇ ਲੋਕਾਂ ਵੀ ਇੱਕ ਬਖਰੀ ਗੈ ਚਾਲੀ ਦਾ ਯਤਨ ਕੀਤਾ ਉਹਨੇ ਆਪਣੇ અભિયાન ਕੀ ਬੜਾ ਗੈ ਦਿਲਚਸਪ ਬਣਾ ਦਿੱਤਾ ਹੈ ਖੇਤਰ ਦਾ ਪਾਣੀ ਖੇਤਰ ਚ ਗ੍ਰਾਂ ਦਾ ਪਾਣੀ ਗ੍ਰਾਂ ਚ ਇਸ અભિયાન ਦੇ ਤਹਿਤ ਗ੍ਰਾਂ ਦੇ ਕਈ ਸੋ ਬੀਗਾ ਖੇਤਰੇ ਚ ਉੱਚੇ-ਉੱਚੇ ਡੰਗੇ ਬਣਾਏ ਗਏ ਇਹਦੇ ਕੰਨਾ ਬਰਖਾ ਦਾ ਪਾਣੀ ਖੇਤਰੇ ਚ ਇਕੱਠਾ ਹੋਣ ਲੱਗੀ ਪਿਆ ਤੇ ਜਮੀ ਚ ਜਾਣ ਲੱਗੀ ਪਿਆ ਉਹਨੇ ਸਭ ਲੋਕ ਖੇਤਰੀਆਂ ਦੇ ਡੰਗਿਆਂ ਉੱਪਰ ਬੂਟਾ ਲਾਣੇ ਦੀ ਯੋਜਨਾ ਬਣਾ ਕਰਦਨ। ਯਾਨੀ ਉਹ ਕਰਸਾਨੇਂ ਕੀ ਪਾਣੀ, ਰੁੱਖ ਤੇ ਪੈਸਾ ਤਰਵਿਆ ਮਿਲਗਨ ਆਪਣੇ ਖਰੇ ਕੰਮੇ ਕਰੀ ਉਹਦੇ ਗ੍ਰਾਂਧ ਦੀ ਪਣਛਾਣ ਦੂਰੈ ਦੂਰੈ ਤੱਕ ਇੰਹਾਂ ਵੀ ਉਹ ਹਰਦੀ ਐ। ਸਾਥੀਓ ਇਹਨੇ ਸਭਨੇ ਤੁਆ ਪ੍ਰੇਰਣਾ ਲੈਂਦੇ ਹੋਈ ਅਸ ਆਪਣੇ ਆਲੇ ਦੁਆਲੇ ਜਿਸ ਵੀ ਚਾਲੀ ਕਰਨੇ ਪਾਣੀ ਬਚਾਈ ਸਕਨੇ ਆ ਅਸੇਂ ਕੀ ਬਚਾਣਾ ਲੋੜ ਚਦਾ। ਮਾਨਸੂਨ ਦੇ ਸਮਤ ਤੋਂ ਪੂਨ ਸਮੇਂ ਕੀ ਅਸੇਂ ਗੁਆਣਾ ਨਹੀਂ ਐ। ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਸ਼ਾਸਤਰਾਂ ਚ ਲਿਖਿਆ ਹੈ ਨਾਸਤੀ ਮੂਲਮ ਅਨੋਸ਼ਧਮ ਯਾਨੀ ਧਰਤੇ ਪਰ ਨਹੀਂ ਕੋਈ ਬਨਸਪਤੀ ਕੇ ਨਹੀਂ ਹੈ ਜਿਹਦੇ ਚ ਕੋਈ ਨਾ ਕੋਈ ਔਸ਼ਧੀ ਗੁਣ ਨਹੀਂ ਉਹ ਸਾਡੇ ਆਲੇ ਦੁਆਲੇ ਨੇ ਕਿੰਨੇ ਗੈਰ ਰਖ ਬੂਟੇ ਹੁੰਦੇ ਨੇ ਜਿੰਦੇ ਚ ਅਨੋਖੇ ਗੁਣ ਹੁੰਦੇ ਪਰ ਕਈ ਵਾਰੀ ਅਸੀਂ ਗੁੰਦੇ ਬਾਰੇ ਚ ਪਤਾ ਗਏ ਨਹੀਂ ਹੁੰਦਾ ਮਿਗੀ ਨੈਣੀ ਤਾਲ ਤੁਮਾ ਇੱਕ ਸਾਥੀ ਭਰਾ ਪਰਿतोष ਹੋ ਰਹੇ ਇਸੇ ਵਿਸ਼ੇ ਉਪਰ ਇੱਕ ਚਿੱਠੀ ਵੀ ਭੇਜੀ ਹੈ ਉਨੇ ਲਿਖਿਆ ਹੈ ਜੇ ਉਹਨੇ ਕੀ ਗਿਲੋਏ ਤੇ ਦੂਈ ਕਈ ਬਨਸਪਤੀਆਂ ਦੇ ਇੰਨੇ ਚਮਤਕਾਰੀ ਮੈਡੀਕਲ ਗੁਣੇ ਦੇ ਬਾਰੇ ਚ ਕੋਰੋਨਾ ਆਉਣੇ ਦੇ ਬਾਅਦ ਗਿਆ ਪਤਾ ਲੱਗਾ ਪਰ ਤੋਸ਼ ਹੋਰੇ ਮੀਗੀ ਗੁਜ਼ਾਰਿਸ਼ ਵੀ ਕੀਤੀ ਹੈ ਜੇ ਮੈਂ ਮਨ ਕੀ ਬਾਤ ਦੇ ਸਭ ਨੇ শ্রোਤਾਏਂ ਕੀ ਆਖਾਂ ਜੇ ਤੁਸੀਂ ਆਪਣੇ ਵਾਲੇ ਦੁਆਲੇ ਦੀ ਬਨਸਪਤੀਆਂ ਦੇ ਬਾਰੇ ਚ ਜਾਣੋ ਤੇ ਦੂਹੇ ਕੀ ਵੀ ਦੱਸੋ ਅਸਲ 'ਚ ਇਹ ਤੇ ਸਾੜੀ ਸਦੀਆਂ ਪੁਰਾਣੀ ਵਿਰਾਸਤ ਹੈ ਜਿਸੀ ਅਸੀਂ ਦੀ ਸੰਜੋਣਾ ਹੈ ਇਸ ਅਦੀਸ਼ਾ 'ਚ Madhya Pradesh ਦੇ ਸਤਨਾ ਦੇ ਇੱਕ ਸਾਥੀ ਨੇ શ્રીਮਾਨ ਆਰਾਮ ਲੋਟਨ ਗੁਸ਼ਵਾਹਾ ਜੀ ਉਹਨੇ ਬੜਾ ਗੈਸਰਾਨੇ ਜੋ ਕੰਮ ਕੀਤਾ ਹੈ ਆਰਾਮ ਲੋਟਨ ਹੋਰੇ ਆਪਣੇ ਖੇਤਰਾ 'ਚ ਇੱਕ ਦੇਸੀ ਅਜਾਇਬ ਘਰ ਬਣਾਇਆ ਇਸ ਅਜਾਇਬ ਘਰ 'ਚ ਉਹਨੇ ਸੈਂਕੜੇ ਔਸ਼ਧੀ ਪੌਦਿਆਂ ਤੇ ਬੀਹਾਂ ਦਾ ਸੰਗ੍ਰਹਿ ਕੀਤਾ ਹੈ ਇਨੇ ਕੀ ਉਹ ਦੂਰ ਦਰੇਡੇ ਇਲਾਕੇ ਤੋਂ ਮਾਇਥਾ ਲਈ ਆਏ ਇਹਦੇ ਇਲਾਵਾ ਉਹ ਹਰ ਬਰ ਕਈ 40 ਦੀ ਭਾਰਤੀ ਸਬਜ਼ੀਆਂ ਵੀ ਉਗਾਉਂਦੇ ਨੇ ਆਰਾਮ ਲੋਟਨ ਜੀ ਹੁੰਦੇ ਇਸ ਬਾਗੀਚੇ ਇਸ ਦੇਸੀ ਅਜਾਇਬ ਘਰ ਕੀ ਲੋਕ ਦਿਖਣ ਵੀ ਆਉਂਦੇ ਨੇ ਤੇ ਉਹਦੇ ਛਾ ਬੜਾ ਕਿਸ਼ ਸਿੱਖਦੇ ਵੀ ਆਣ ਵਾਕਈ ਇਹ ਇੱਕ ਬੜਾ ਖਰਾ ਪ੍ਰਯੋਗ ਹੈ ਜਿਸੀ ਮੁਲਖਾ ਦੇ ਬਖ ਬਖ ਇਲਾਕੇ ਚ ਦੁਹਰਾਇਆ ਜਾ ਸਕਦਾ ਮੈਂ ਚਾਹਾਂ ਤੁੰਦੇ ਚ ਜਿਹੜੇ ਲੋਕ ਇਸ ਚਾਲੀ ਦਾ ਯਤਨ ਕਰੀ ਸਕਦੇ ਨੇ ਉਹ ਪੱਕਾ ਕਰਨ ਇਹਦੇ ਕੰਨਾਂ ਤੋਂ ਦੀ ਆਮਦਨੀ ਤੇ ਨਵੇਂ ਸਾਧਨ ਵੀ ਵਧਿ ਸਕਦੇ ਇੱਕ ਫਾਇਦਾ ਹੋਰ ਵੀ ਉਹ ਜੇ ਮੁਕਾਮੀ ਬਨਸਪਤੀਆਂ ਰਾਹੀਂ ਤੁੰਦੇ ਇਲਾਕੇ ਦੀ ਪਛਾਣ ਵੀ ਬਦੋ ਮੇਰੇ ਪਿਆਰੇ ਦੇਸ਼ਵਾਸੀਓ ਹੁਣ ਤਮਾ ਕਿਸ਼ ਦਿਨੇ ਪ੍ਰੰਤ ਪਹਿਲੀ ਜੁਲਾਈ ਦੀ ਅਸ ਨੈਸ਼ਨਲ ਡਾਕਟਰਸ ਡੇ ਮਨਾਗੇ ਇਹ ਦਿਨ ਦੇਸ਼ਾ ਦੇ ਮਹਾਨ ਚਿਕਿਤਸਕ ਤੇ ਸਟੇਟਸਮੈਨ ਡਾਕਟਰ ਵੀ ਸੀ ਰਾਏ ਹੁੰਦੀ ਜਨਮ ਦਿਨ ਦੀ ਸਮਰਪਿਤ ਹੈ कोरोना काल ਚ ਡਾਕਟਰਾਂ ਦੇ ਯੋਗਦਾਨ ਦੀ ਅਸ ਸਭ ਹੈ ਆਭਾਰੀਆਂ ਸਾਡੇ ਡਾਕਟਰਾਂ ਨੇ ਆਪਣੀ ਪਰਵਾਹ ਨਹੀਂ ਕਰਦੀ ਹੋਈ ਸਾਡੀ ਸੇਵਾ ਕੀਤੀ ਹੈ ਇਸ ਕਰੀਏ ਇਸ ਵਾਰੀ ਨੈਸ਼ਨਲ ਡਾਕਟਰਸ ਡੇ ਹੋਰ ਵੀ ਖਾਸ ਹੋ ਹੀ ਜਾਂਦਾ ਸਾਥੀਓ ਮੈਡੀਸਿਨ ਦੀ ਦੁਨੀਆ ਦੇ ਸਭਨੇ ਸ਼ਾ ਸਨਮਾਨਿਤ ਲੋਕਾਂ ਚ ਇੱਕ ਹਿਪੋਕ੍ਰੇਟਿਸ ਹੋ ਰਹੇ ਆਖਿਆ ਹਾ wherever the art of medicine is loved there is also a love of humanity yani jithhe medicine di kala astai irkh hunda uthe manukhta astai irkh hunda doctor isse irkh di taqat kanna saari seva kari pande is kari hai saari zimmedari hai jis unne gay irkh pyar kanna onda dhanwad karcha unda hausla bada cha unha saare mulk vich kayi log ne bhi hain jehde doctor di madad layi aagya badhiya kaam karde ne ਸ਼ਿਰਨਗਰ ਤੋਂ ਇੱਕ ਐਸੇ ਗੈਜਤਨ ਦੇ ਬਾਰੇ ਚ ਮਿਗੀ ਪਤਾ ਲੱਗਾ ਇਥੇ ਡਲ ਝੀਲ ਚ ਇੱਕ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਇਸ ਸੇਵਾ ਕੀ ਸ਼ਿਰਨਗਰ ਦੇ ਤਾਰਿਕ ਅਹਿਮਦ ਪਟਲੂ ਜੀ ਹੋਰੇ ਸ਼ੁਰੂ ਕੀਤਾ ਜਿਹੜੇ ਇੱਕ ਹਾਊਸ ਬੋਰਡ ਦੇ ਮਾਲਿਕ ਨੇ ਉਹਨੇ ਆਪੂ ਵੀ ਕੋਵਿਡ 19 ਕੰਨਿਆ ਜੰਗ ਲੜੀ ਹੈ ਤੇ ਇਹਦੇ ਕੰਨਿਆ ਗਾਉਣੇ ਦੀ ਐਂਬੂਲੈਂਸ ਸੇਵਾ ਸ਼ੁਰੂ ਕਰਨੇ ਲਈ ਪ੍ਰੇਰਣਾ ਮਿਲੀ ਉੰਦੀ ਇਸ ਐਂਬੂਲੈਂਸ ਕਨਾਲ ਲੋਕਾਂ ਨੂੰ ਜਾਗਰੂਕ ਕਰਨੇ ਦਾ ਅਭਿਆਨ ਵੀ ਚਲਾ ਕਰਦਾ ਹੈ ਉਹ ਲਗਾਤਾਰ ਐਂਬੂਲੈਂਸ ਥਮਾ ਐਲਾਨ ਵੀ ਕਰਾ ਕਰਦੇ ਕੋਸ਼ਿਸ਼ੀ ਹੈ ਜੇ ਲੋਕ ਮਾਸਕ ਪਾਣੇ ਥਮ ਲਈ ਹੈ ਦੂਈ ਆਰ ਜ਼ਰੂਰੀ ਸਾਵਧਾਨੀ ਵਰਤਣ ਸਾਥੀਓ ਡਾਕਟਰਸ ਡੇ ਦੇ ਕੰਨਾਂ ਗਿਆ ਪਹਿਲੀ ਜੁਲਾਈ ਦੀ ਚਾਰਟਰਡ ਅਕਾਊਂਟੈਂਟਸ ਡੇ ਵੀ ਬਣਾਇਆ ਜਾਂਦਾ ਹੈ ਮੈਂ ਕਿਸ਼ ਬਰੇ ਪਹਿਲੇ ਦੇਸ਼ਾ ਦੇ ਚਾਰਟਰਡ ਅਕਾਊਂਟੈਂਟ ਇਥਮਾ ਕੁੱਲ ਸੰਸਾਰੀ ਸਦਾ ਦੀ ਭਾਰਤੀ ਆਡਿਟ ਫਰਮ ਦਾ ਤੋਹਫਾ ਮੰਗਿਆ ਹਾਂ ਅੱਜ ਮੈਂ ਉਹਨेंगी ਇਹਦਾ ਚੇਤਾ ਦਵਾਉਣਾ ਚਾਹਨਾ ਆਰਥ ਵਿਵਸਥਾ ਚ ਪਾਰਦਰਸ਼ਤਾ ਅਨ ਲਈ ਚਾਰਟਰਡ ਅਕਾਊਂਟੈਂਟ ਬੜੀ ਖਰੀਤੇ ਸਕਾਰਾਤਮਕ ਭੂਮਿਕਾ ਨਿਭਾਈ ਸਕਦੇ ਮੈਂ ਸਭਨੇ ਚਾਰਟਰਡ ਅਕਾਊਂਟੈਂਟ ਨੇ ਹੁੰਦੇ ਪਰਿਵਾਰ ਦੇ ਸਦਸਿਆਂ ਕੀ ਆਪਣੀਆਂ ਸ਼ੁਭ ਕਾਮਨਾ ਦਿਨਾ ਮੇਰੇ ਪਿਆਰੇ ਦੇਸ਼ ਵਾਸੀਓ ਕੋਰੋਨਾ ਦੇ ਖਿਲਾਫ ਭਾਰਤ ਦੀ ਲੜਾਈ ਦੀ ਇੱਕ ਵੱਡੀ ਖਾਸੀਅਤ ਹੈ ਇਸ ਲੜਾਈ ਚ ਦੇਸ਼ ਦੇ ਹਰ ਵਿਅਕਤੀ ਨੇ ਆਪਣੀ ਭੂਮਿਕਾ ਨਿਭਾਈ ਹੈ ਮੈਂ ਮਨ ਕੀ ਬਾਤ ਚ ਅਕਸਰ ਇਹਦਾ ਜ਼ਿਕਰ ਕੀਤਾ ਪਰ ਕਿਛ ਲੋਕਾਂ ਕੀ ਸ਼ਿਕਾਇਤ ਵੀ ਹੁੰਦੀ ਆ ਜੇ ਉਹਦੇ ਬਾਰੇ ਚ ਉਨੀ ਗੱਲ ਨਹੀਂ ਹੋਈ ਪਾਂਦੀ ਐ ਕਈ ਲੋਕ ਭਾਵੇਂ ਬੈਂਕਾਂ ਦਾ ਆਮਲਾ ਵਾ ਅਧਿਆਪਕ ਹੋਣ ਲੋਕੇ ਵਪਾਰੀ ਜਾਂ ਦੁਕਾਨਦਾਰ ਹੋਣ ਔਟੀਆਂ ਦੁਕਾਨੇ ਚ ਕੰਮ ਕਰਨੇ ਆਲੇ ਲੋਕ ਹੋਣ ਰੇੜੀ ਫੜੀ ਆਲੇ ਭਰਾ ਭੈਣ ਹੋਣ ਸੁਰੱਖਿਆ ਚੌਕੀਦਾਰ ਜਾਂ ਫੀ ਡਾਕੀਏ ਤੇ ਡਾਕਖਾਨੇ ਦੇ ਮੁਲਾਜ਼ਮ ਦਰਅਸਲ ਇਹ ਸੂਚੀ ਬੜੀ ਗੱਡੀ ਹੈ ਤੇ ਹਰ ਕੁਸ ਨੇ ਆਪਣੀ ਭੂਮਿਕਾ ਨਿਭਾਈ ਹੈ ਸ਼ਾਸਨ ਪ੍ਰਸ਼ਾਸਨ ਚ ਵੀ ਕਿੰਨੇ ਗਾ ਲੋਕ ਬਖ ਬਖ ਸਤਰ ਉਪਰ ਜੁਟੇ ਦੇ ਰੇਨ ਸਾਥੀਓ ਤੁਸੇ ਮਮਕਿਨ ਹੈ ਜੇ ਭਾਰਤ ਸਰਕਾਰ ਚ ਸਚਿਵ ਰਹੇ ਦੇ ਗੁਰੂ ਪ੍ਰਸਾਦ ਮਹਾਪਾਤ੍ਰ ਜੀਉਂ ਦਾ ਨਾਮ ਤੁਸੇ ਸੁਨੇ ਦਾ ਹੋ ਮੈਂ ਅੱਜ ਮਨ ਕੀ ਬਾਤ ਉੰਦਾ ਜ਼ਿਕਰ ਵੀ ਕਰਨਾ ਚਾਹਨਾ ਗੁਰੂ ਪ੍ਰਸਾਦ ਜੀ ਉਹ ਰੇਗੀ ਕੋਰੋਨਾ ਹੋ ਗਿਆ ਹ ਉਹ ਹਸਪਤਾਲ ਚ ਭਰਤੀ ਹੈ ਤੇ ਆਪਣੀ ਜ਼ਿੰਮੇਵਾਰੀ ਵੀ ਨਿਭਾ ਕਰਦੇ ਹੈ ਦੇਸਾ ਚ ਆਕਸੀਜਨ ਦਾ ਉਤਪਾਦਨ ਵਧਾਇਆ ਦੂਰ ਦੇ ਰੇਡੇ ਇਲਾਕਿਆਂ ਤੱਕ ਆਕਸੀਜਨ ਪਹੁੰਚਾਇਆ ਇਹਦੇ ਲਈ ਉਹਨੇ ਦਿਨ ਰਾਤ ਕੰਮ ਕੀਤਾ ਇਕਬਖੀ ਕੋਰਟ ਕਚੈਰੀ ਦਾ ਚੱਕਰ, ਮੀਡੀਆ ਦਾ ਦਬਾਅ, ਇਕੱਠੇ ਕਈ ਮੋਰਚਿਆਂ 'ਤੇ ਉਹ ਲੜਦੇ ਰਹੇ। ਬਿਮਾਰੀ ਦੌਰਾਨ ਉਹਨੇ ਕੰਮ ਕਰਨਾ ਬੰਦ ਨਹੀਂ ਕੀਤਾ। ਮਨਾ ਕਰਨ ਦੇ ਪ੍ਰੰਤ ਵੀ ਉਹ ਜਿੱਦ ਕਰੀ ਆਕਸੀਜਨ ਉਪਰ ਹੋਣੇ ਵਾਲੀ ਵੀਡੀਓ ਕਾਨਫਰੰਸ 'ਚ ਵੀ ਸ਼ਾਮਲ ਹੋ ਜਾਂਦੇ ਹੇ। ਦੇਸ਼ਵਾਸੀਆਂ ਦੀ ਇੰਨੀ ਮਤੀ ਚਿੰਤਾ ਹੀ ਉਹਨੇ ਕੀਤੀ। ਉਹ ਹਸਪਤਾਲ ਦੇ ਬਿਸਤਰੇ ਉੱਪਰ ਆਪਣੀ ਪ੍ਰਵਾਹ ਕੀਤੇ ਵਿਜਨ ਦੇਸਾਂ ਦੇ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਲਈ ਪ੍ਰਬੰਧਾਂ 'ਚ ਜੁਟੇਦੇ ਰਹੇ। ਸਾਰੇ ਸਭਨੇ ਆਸਤਾ ਬੜਾ ਦੁੱਖ ਦੇਣਿਆਲਾ ਹੈ ਜੇ ਇਸ ਕਰਮਯੋਗੀ ਵੀ ਦੇਸ਼ ਨੈਮੁਆਈ ਦਿੱਤਾ ਹੈ ਕੋਰੋਨਾ ਨੇ ਹੁਣੇ ਕੀ ਸਾਰੇ ਕੋਲ ਖੁਸੀ ਲੇਤਾ ਹੈ ਐਸੇ ਅਣਗਿਣਿਤ ਲੋਕੋਨ ਜਿੰਦੀ ਚਰਚਾ ਕਦੇ ਹੋਈ ਨਹੀਂ ਸਕੀ ਐਸੇ ਹਰ ਵਿਅਕਤੀ ਦੀ ਸਾਡੀ ਸ਼ਰਧਾਂਜਲੀ ਯੋਗ ਜੇ ਅਸ ਕੋਵਿਡ ਪ੍ਰੋਟੋਕਾਲ ਦਾ ਪੂਰੀ ਚਾਲੀ ਪਾਲਨ ਕਰਚਾ ਵੈਕਸੀਨ ਜ਼ਰੂਰ ਲਗਵਾਚਾ ਮੇਰੇ ਪਿਆਰੇ ਦੇਸ਼ਵਾਸੀਓ ਮਨ ਕੀ ਬਾਤ ਦੀ ਸਭਨੇ ਸ਼ਾ ਖਰੀ ਗੱਲ ਇਹ ਹੈ ਜੇ ਇਹਦੇ ਚ ਮੇਰੇ ਕੋਲ ਆ ਮਾਤਾ ਤੁੰਦਾ ਸਭਨੇ ਦਾ ਯੋਗਦਾਨ ਰੋਂਦਾ ਉਹਨੇ ਮੈਂ ਮਾਈ ਗੋਚੇ ਇੱਕ ਪੋਸਟ ਦੇਖੀ ਜਿਹੜੀ ਚੇਨਈ ਦੇ ਥਿਰੂਆਰ ਗੁਰੂ ਪ੍ਰਸਾਦ ਜੀ ਹੁੰਦੀ ਹੈ ਉਹਨੇ ਲਿਖਿਆ ਉਹ ਜਾਣੀ ਹੈ ਤੁਸੀਂ ਕੀ ਵੀ ਸ਼ੈ ਲਗੋ ਉਹਨੇ ਲਿਖਿਆ ਜਿਉ ਮਨ ਕੀ ਬਾਤ ਕਾਰਕਰਮ ਦੇ ਨਿਯਮਿਤ শ্রোਤਨ ਗੁਰੂ ਪ੍ਰਸਾਦ ਜੀ ਹੁੰਦੀ ਪੋਸਟ ਤੁਮਾਉਣ ਮੈਂ ਕਿਸ਼ ਪੰਕਤੀਆਂ ਕੋਟ ਕਰਿਆ ਕਰਨਾ ਉਹਨੇ ਲਿਖਿਆ ਜਿਸਲੇ ਵੀ ਤੁਸੀਂ ਤਾਮਿਲਨਾਡੂ ਦੇ ਬਾਰੇ ਵਿੱਚ ਗੱਲ ਕਰਦੇ ਹੋ ਤਾਂ ਮੇਰੀ ਦਿਲਚਸਪੀ ਹੋਰ ਵਧੀ ਜਾਂਦੀ ਹੈ ਤੁਸੀਂ ਤਾਮਿਲ ਭਾਸ਼ਾ ਤੇ ਤਾਮਿਲ ਸੰਸਕ੍ਰਿਤੀ ਦੀ ਮਹਾਨਤਾ ਤਾਮਿਲ ਤਿਵਾਰਾਂ ਤੇ ਤਾਮਿਲਨਾਡੂ ਦੀ ਪ੍ਰਮੁੱਖ ਥਾਰਾਂ ਦੀ ਚਰਚਾ ਕੀਤੀ ਹੈ ਗੁਰੂ ਪ੍ਰਸਾਦ ਜੀ ਹੋਰ ਅੱਗੇ ਲਿਖਦੇ ਨੇ ਜੇ ਮਨ ਕੀ ਬਾਤ ਚ ਮੈਂ ਤਾਮਿਲਨਾਡੂ ਦੇ ਲੋਕਾਂ ਦੀਆਂ ਉਪਲਬਧੀਆਂ ਦੇ ਬਾਰੇ ਵਿੱਚ ਕਈ ਵਾਰੀ ਦੱਸਿਆ तिरुकुरल ਦੇ ਪ੍ਰਤੀ ਤੁੰਦਾ ਇਰਖ ਤੇ ਤਿਰੂਵੱਲੂਵਰ ਜੀ ਉੰਦੇ ਪ੍ਰਤੀ ਤੁੰਦੇ ਸਨਮਾਨ ਦਾ ਤੇ ਆਖਣਾ ਗਿਆ ਕੇ ਹੈ ਇਸ ਕਰੀਏ ਮੈਂ ਮਨ ਕੀ ਬਾਤ ਜ ਜ ਤੁਸੇ ਜੋ ਕੁਛ ਵੀ ਤਮਿਲਨਾਡੂ ਦੇ ਬਾਰੇ ਚ ਬੋਲਿਆ ਉਹਨੇ ਸਭਨੇ ਕੀ ਇਕੱਠਾ ਕਰੀ ਹੈ ਇੱਕ ਈ-ਬੁੱਕ ਤਿਆਰ ਕੀਤੀ ਹੈ ਕਿਆ ਤੁਸ ਇਸ ਈ-ਬੁੱਕ ਕੀ ਲਈ ਹੈ ਕਿਛ ਬੋਲ ਗਿਓ ਤੇ ਇਸੀ ਨਵੋ ਐਪ ਪਰ ਵੀ ਜਾਰੀ ਕਰ ਗਿਓ ਧੰਨਵਾਦ ਇਹ ਮੈਂ ਗੁਰੂ ਪ੍ਰਸਾਦ ਜੀ ਹੋਂ ਦੀ ਚਿੱਠੀ ਤੁੰਦੇ ਸਾਹਮਣੇ ਪੜਾ ਕਰਦਾ ਹਾਂ ਗੁਰੂ ਪ੍ਰਸਾਦ ਜੀ ਤੁੰਦੀਏ ਪੋਸਟ ਪੜੀ ਹੈ ਬੜਾ ਆਨੰਦ ਆਇਆ ਹੋਂ ਤੋਂ ਆਪਣੀ ਈ-ਬੁੱਕ 'ਚ ਇੱਕ ਹੋਰ ਸਫ਼ਾ ਜੋੜੀ ਦਿਓ ਨਾਨ ਤਮਿਲ ਕਲਾ ਚਰਾਕਤੀਨ ਪੇਰੀਏ ਅਭਿਮਾਨੀ ਨਾਨ ਉਗਲਤ ਲਈ ਪਲਮਯਾਮ ਤਮਿਲ ਮੋਲੀਯਨ ਪੇਰੀਏ ਅਭਿਮਾਨੀ ਉਚਾਰਨ ਦਾ ਦੋਸ਼ ਜ਼ਰੂਰ ਹੋਗ ਪਰ ਮੇਰੀ ਕੋਸ਼ਿਸ਼ ਤੇ ਮੇਰਾ ਇਰਖ ਕਦੇ ਵੀ ਘਟ ਨਹੀਂ ਹੋ ਜਿਹੜੇ ਤਮਿਲ ਪਾਸ਼ੀ ਨਹੀਂ ਆਣ ਉਹਨੇ 기 ਵੀ ਮੈਂ ਦੱਸਣਾ ਚਾਹਨਾ ਗੁਰੂ ਪ੍ਰਸਾਦ ਜੀ ਉੜੇਗੀ ਮੈਂ ਆਖਿਆ ਮੈਂ ਤਮਿਲ ਸੰਸਕ੍ਰਿਤੀ ਦਾ ਬੜਾ ਪ੍ਰਸ਼ੰਸਕਾਂ ਮੈਂ ਦੁਨੀਆ ਦੀ ਸਭਨੇ ਸ਼ਾ ਪੁਰਾਣੀ ਭਾਸ਼ਾ ਤਮਿਲ ਦਾ ਬੜਾ ਵੱਡਾ ਪ੍ਰਸ਼ੰਸਕਾਂ ਸਾਥੀਓ ਆਰ ਹਿੰਦੁਸਤਾਨੀ ਗੀਤ ਦੁਨੀਆ ਦੀ ਸਭਨੇ ਸ਼ਾ ਪ੍ਰਾਣੀ ਪਾਸ਼ਾ ਸਾਡੇ ਦੇਸ਼ ਦੀ ਹੈ ਇਹਦਾ ਗੁਣਗਾਨ ਕਰਨਾ ਦਾ ਲੋੜ ਚਦਾ ਉਸ ਪਰ ਗਰਵ ਮਹਿਸੂਸ ਕਰਨਾ ਲੋੜ ਚਦਾ ਮੈਂ ਵੀ ਤਮਿਲ ਦੀ ਲਈ ਹੈ ਬੜਾ ਗਰਵ ਕਰਨਾ ਗੁਰੂ ਪ੍ਰਸਾਦ ਜੀ ਤੁੰਦੀਏ ਕੋਸ਼ਿਸ਼ ਮੇਰੇ ਆਸਤੇ ਨਵੀਂ ਦ੍ਰਿਸ਼ਟੀ ਦੇਣੇ ਆਲੀ ਹੈ ਕੀਜੀਏ ਮੈਂ ਮਨ ਕੀ ਬਾਤ ਕਰਨਾ ਤਾਂ ਸਹਿਜ ਸੌਖੇ ਟੰਗਾ ਕੰਨ ਆਪਣੀ ਗੱਲ ਰੱਖਣਾ ਮੈਗੀ ਨਹੀਂ ਪਤਾ ਹ ਜੇ ਇਹਦਾ ਇਹ ਵੀ ਇੱਕ ਐਲੀਮੈਂਟ ਹੈ ਤੁਸੀਂ ਜਿਸ ਲਈ ਪ੍ਰਾਣੀ ਸਭਨੇ ਗੱਲیں ਕੀ ਇਕੱਠਾ ਕੀਤਾ ਤਾਂ ਮੈਂ ਵੀ ਉਸੇ ਇੱਕ ਵਾਰੀ ਨਹੀਂ ਦੋ ਵਾਰੀ ਪੜਿਆ ਗੁਰੂ ਪ੍ਰਸਾਦ ਜੀ ਤੁੰਦੀ ਇਸ ਕਿਤਾਬ ਕੀ ਮੈ ਨਾਮੋ ਐਬ ਉੱਪਰ ਜ਼ਰੂਰ ਅਪਲੋਡ ਕਰਗਾ ਵਿਵਿਖਿਆ ਦੇ ਯਤਨ ਲਈ ਤੁਸੇ ਕੀ ਮਤੀ ਮਤੀਆਂ ਸ਼ੁਭ ਕਾਮਨਾ ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਅਸੀਂ ਕਰੋਨਾ ਦੀ ਮੁਸ਼ਕਲਾਂ ਤੇ ਸਾਵਧਾਨੀਆਂ ਉੱਪਰ ਗੱਲ ਕੀਤੀ ਦੇਸ਼ ਤੇ ਦੇਸ਼ ਵਾਸੀ ਦੀ ਕਈ ਉਪਲਬਧੀਆਂ ਪਰ ਵੀ ਚਰਚਾ ਹੋਈ ਉਹਨੇ ਕੋਰ ਵੱਡਾ ਮੌਕਾ ਵੀ ਸਾਡੇ ਸਾਹਮਣੇ 15 ਅਗਸਤ ਵੀ ਉਹਨੇ ਆਲਾ ਆਜ਼ਾਦੀ ਦੇ 75 ਬਰਿਆਂ ਦਾ ਅੰਮ੍ਰਿਤ ਮਹੋਤਸਵ ਸਾੜਿਆਸਤ ਹੈ ਇੱਕ ਬੜੀ ਵੱਡੀ ਪ੍ਰੇਰਣਾ ਅਸ ਦੇਸ਼ ਲਈ ਜੀਣਾ ਸਿੱਖ ਚਾ ਆਜ਼ਾਦੀ ਦੀ ਜੰਗ ਦੇਸ਼ ਲਈ ਮਰਨੇ ਵਾਲੇ ਦੀ ਕਥਾ ਹੈ ਆਜ਼ਾਦੀ ਦੇ ਬਾਅਦ ਦੇ ਇਸ ਸਮੇਂ ਕੀ ਅਸੀਂ ਦੇਸ਼ ਲਈ ਜੀਣੇ ਆਲਿਆਂ ਦੀ ਕਥਾ ਬਣਾਣਾ ਹੈ ਸਾਡਾ ਮੰਤਰ ਹੋਣਾ ਚਾਹੀਦਾ ਇੰਡੀਆ ਫਰਸਟ ਸਾਡੇ ਆਰ ਫੈਸਲੇ ਅਰ ਨਿਰਨੇ ਦਾ ਆਧਾਰ ਹੋਣਾ ਚਾਹੀਦਾ ਇੰਡੀਆ ਫਰਸਟ ਸਾਥੀਓ ਅੰਮ੍ਰਿਤ ਮਹੋਤਸਬ ਚ ਮੁਲਖ ਨੇ ਕਈ ਸਮੂਹਿਕ ਲਕਸ਼ਯ ਤੈਅ ਕੀਤੇ ਜਿਨ੍ਹਾਂ ਅਸੇ ਆਪਣੇ ਆਜ਼ਾਦੀ ਦੇ ਸੈਨਾਨੀਆਂ ਦੀ ਚੇਤਾ ਕਰਦੀ ਹੋਈ ਉੰਦੇ ਕੰਨਾਂ ਜੁੜੇ ਦੇ ਇਤਿਹਾਸ ਦੀ ਪਰਤੀ ਐ ਜੀਵਿਤ ਕਰਨਾ ਤੁਸੀਂ ਕੀ ਚੇਤਾ ਉਹ ਜੇ ਮਨਕੀ ਬਾਤ ਚ ਮੈਂ ਯੁਵਾਆਂ ਦੀ ਆਜ਼ਾਦੀ ਦੀ ਲੜਾਈ ਪਰ ਇਤਿਹਾਸ ਲੇਖਨ ਕਰੀ ਐ ਖੋਦ ਕਰਨੇ ਦੀ ਅਪੀਲ ਕੀਤੀ ਹੀ ਮਕਸਦ ਇਹ ਹੈ ਜੇ ਯੁਵਾ ਪ੍ਰਤਿਭਾ ਅਗਿਆਉਂ युवा सोच युवा विचार सामने आउन युवा कलम नई ऊर्जा दे कने लेखन करे। మిగיה دیکھیے بڑا ਸ਼ਾਇਲ ਲੱਗਾ ਜੇ بڑے ਘਟ ਸਮੇਂ ਚ 22000 ਤੋਂ ਮਤੇ ਨੌਜਵਾਨ ਇਸ ਕਮਿਆ ਕੀ ਕਰਨੇ ਲਈ ਅੱਗੇ ਆਏ। ਸਾਥੀਓ ਦਿਲਚਸਪ ਗੱਲ ਇਹ ਹੈ ਜੇ 19ਵੀਂ 20ਵੀਂ ਸਦੀ ਦੀ جنگ ਦੀ ਗੱਲ ਤੇ ਆਮ ਤੌਰ ਪਰ ਆਉਂਦੀ ਰਹਿੰਦੀ ਹੈ। ਪਰ ਖੁਸ਼ੀ ਇਸ ਗੱਲ੍ਹ ਦੀ ਹੈ ਜੇ 21ਵੀਂ ਸਦੀ 'ਚ ਜਿਹੜੇ ਨੌਜਵਾਨ ਪੈਦਾ ਹੋਏ ਨੀ 21ਵੀਂ ਸਦੀ 'ਚ ਜਿੰਦਾ ਜਰਮੂ ਆ ਐਸੇ ਮੇਰੇ ਨੌਜਵਾਨ ਸਾਥੀਏ 19ਵੀਂ ਤੇ 20ਵੀਂ ਸਦੀ ਦੀ ਆਜ਼ਾਦੀ ਦੀ ਜੰਗ ਕੀ ਲੋਕਾਂ ਦੇ ਸਾਹਮਣੇ ਰੱਖੇ ਨੇ ਦਾ ਮੋਰਚਾ ਸਾਂਭਿਆ ਇਹਨੇ ਸਭਨੇ ਲੋਕਾਂ ਕੇ ਮਾਈ ਗੌਫ ਪਰੇ ਦਾ ਪੂਰਾ ਬਿਉਰਾ ਵੀ ਭੇਜਿਆ ਇਹ ਲੋਕ ਹਿੰਦੀ ਅੰਗਰੇਜ਼ੀ ਤਮਿਲ ਕੰਨੜ ਬੰਗਲਾ ਤੇਲugu ਮਰਾਠੀ ਮਲਿਆਲਮ ਗੁਜਰਾਤੀ ਅਸੀਂ ਦੇਸ਼ਾਂ ਦੀ ਬਖ ਬਖ ਪਾਸ਼ਾ ਇੰਚ ਆਜ਼ਾਦੀ ਦੀ ਲੜਾਈ ਉੱਪਰ ਲਿਖਗਨ ਕੋਈ ਆਜ਼ਾਦੀ ਦੀ ਲੜਾਈ ਕੰਨ ਜੁੜੀ ਦੀ ਰਹੀ ਦੀਏ ਆਪਣੇ ਆਲੇ ਦੁਆਲੇ ਨਹੀਂ ਥਾਰੇ ਦੀ ਜਾਣਕਾਰੀ ਜੁਟਾ ਕਰਦਾ ਤਾਂ ਕੋਈ ਆਦੀਵਾਸੀ ਸੁਤੰਤਰਤਾ ਸੰਾਨੀਆਂ ਉੱਪਰ ਕਿਤਾਬ ਲਿਖਾ ਕਰਦਾ ਇਹ ਖਰੀ ਸ਼ੁਰੂਆਤ ਹੈ ਮੇਰੀ ਤੁਸੇ ਸਭਨੇ ਕੀ ਗੁਜ਼ਾਰਿਸ਼ ਹੈ ਜੇ ਅੰਮ੍ਰਿਤ ਮਹੋਤਸਵ ਕੰਨ ਜੀਆਂ ਵੀ ਜੁੜੀ ਸਕਦੇ ਹੋ ਜੁੜੋ ਇਸ ਕਰੀ ਹੈ ਅਗਲੀ ਵਾਰ ਜੇ ਸਿਆ ਅਸਮਾਨ ਕੀ ਬਾਤ ਚ ਲਿਖ ਗਏ ਤਾਂ ਅੰਮ੍ਰਿਤ ਮਹੋਤਸਵ ਦੀ ਹੋਰਨੀ ਤਿਆਰੀਆਂ ਪਰ ਵੀ ਗੱਲ ਕਰਗੇ ਤੁਸੀਂ ਸਭ ਐ ਸੇਤਮੰਦ ਰਭੋ ਕੋਰੋਨਾ ਕੰਨਾਂ ਜੁੜੇ ਦੇ ਨਿਯਮੇ ਦੀ ਪਾਲਣਾ ਕਰਦੇ ਹੋ ਯੱਗਿਆ ਬਦੋ ਆਪਣੇ ਨਵੇਂ-ਨਵੇਂ ਜਤਨੇ ਕੰਨਾਂ ਦੇਸਿਆ ਗਿਆ ਗ੍ਰਫਤਾਰ ਦਿੰਦੇ ਰਭੋ ਇਹਨੇ ਸ਼ੁਭਨਾਇ ਦੇ ਕੰਨ ਸ਼ੁਭ ਕਾਮਨਾਇ ਦੇ ਕੰਨ ਤੁੰਦਾ ਸਭਨੇ ਦਾ ਮਤਾ ਮਤਾ ਧੰਨਵਾਦ